ਉਸਦਾ ਵੀਜ਼ਾ ਆਪਣੇ ਪਾਸਪੋਰਟ ਤੇ ਲੱਗ ਚੁੱਕਿਆ। ਚੀਨ ਵਾਲੀ ਫੀਲਿੰਗ ਆ ਰਹੀ ਹੈ ਜੇ ਟੂਰਿਸਟ ਸਿਮ ਹੈ। ਆਹ ਕਰੰਸੀ ਹੈ ਵੀ ਇੰਨੇ ਨੋਟ ਆ ਗਏ ਦੇਖ, ਖੁਸ਼ੀਆਂ ਵਾਂਗੂ ਵੀ ਉਰੇ ਹਰ ਡੱਬੇ ਦੇ ਬਾਹਰ ਇੱਕ ਟੀਟੀ ਹੈ। ਜ਼ਿਆਦਾ ਖੁੱਲਾ ਸਪੇਸ ਹੈ ਵੀ, ਪੂਰੇ ਟੀਟੀ ਖੁਦ ਬੈੱਡ ਬਣਾਉਂਦੀ ਆ ਕੇ। ਅੱਛਾ ਵੀ ਚਾਈਨਾ 'ਚ ਕੀ ਕੁਛ ਦੇਖੋ ਵੀ, ਹੋਰ ਵੀ ਜਾ ਰਹੇ ਨੇ ਕਾਫੀ, ਚੀਨੇ ਚੂਨੇ। ਵੀਰ ਦਾ ਵੀ ਉਰੇ ਕਾਫੀ ਕਲਚਰ ਹੈ, ਦੇਖੋ ਤਾਰਾਂ ਦੇ ਜਾਲ ਦੇਖੋ ਵੀ ਕਿੰਨੇ ਜ਼ਿਆਦੇ ਆ। ਹੁਣ ਅਸੀਂ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ। ਅੱਜ ਆਪਾਂ ਜਾ ਰਹੇ ਹਾਂ ਆਪਣੇ ਅਗਲੇ ਦੇਸ਼ ਇਸ ਟ੍ਰਿਪ ਦੇ ਤੀਜੇ ਮੁਲਕ 'ਚ, ਤੇ 800 ਕਿਲੋਮੀਟਰ ਦੀ ਜਰਨੀ ਕਰਨੀ ਹੈ। ਪਹਿਲਾਂ ਆਪਾਂ ਬ੍ਰੇਕਫਾਸਟ ਕਰ ਲਈਏ। ਕਿਉਂ, ਠੀਕ ਹੈ? ਠੀਕ ਹੈ। ਆਹ ਲਿਫਟ 'ਚ ਜਿਹੜਾ ਅੰਦਰ ਸ਼ੀਸ਼ਾ ਨਾ, ਬੜਾ ਘੈਂਟ ਲੱਗਦਾ, ਬੰਦਾ ਖੜਦਾ ਆਪਦੇ ਆਪ ਨੂੰ ਦੇਖਦਾ ਨਾ। ਸਾਊਥ ਇੰਡੀਆ ਵਾਲੇ ਚੰਬੜੇ ਪਏ ਆ ਵੀ ਖਾਣੇ ਨੂੰ, ਅੱਜ ਤਾਂ ਫੁੱਲ ਹੈ ਯਾਰ ਇਹ ਪੂਰਾ। ਲੋਕ ਪੂਰੀਆਂ ਨੂੰ ਚੰਬੜੇ ਪਏ ਆ ਵੀ, ਅਸੀਂ ਜੂਸ ਅਤੇ ਫਰੂਟਾਂ ਨਾਲ ਕੰਮ ਚਲਾ ਰਹੇ ਹਾਂ ਕਿਉਂਕਿ ਡਿਨਰ ਸਾਡਾ ਲੇਟ ਹੀ ਹੁੰਦਾ ਹੈ ਵੀ, ਹੈ ਨਾ। ਆਹ ਮੰਦਿਰ ਹੈ ਵੀ ਸਾਡੇ ਹੋਟਲ ਦੇ ਸਾਹਮਣੇ, ਜਿਹਦਾ ਮੈਂ ਜ਼ਿਕਰ ਕਰਦਾ ਜੀ। ਦੇਖੋ ਬਹੁਤ ਸੋਹਣਾ ਮੰਦਿਰ ਹੈ। ਲੋ ਵੀ ਰੈਡੀ ਸ਼ੈਡੀ ਹੋ ਗਏ, ਨਹਾ ਲਏ ਅਤੇ ਝੋਲੇ ਆਪਣੇ ਪੈਕ ਨੇ। ਬਾਈ ਨੂੰ ਔਖਾ ਲੱਗ ਰਿਹਾ ਚੱਕਣਾ ਝੋਲਾ, ਹੈ ਨਾ। ਯੰਤਰ ਚੱਕ ਲਏ ਹੁਣ, ਮੋਢੇ ਤੋੜੂ ਯੰਤਰ। ਠੀਕ ਹੈ, ਇਹ ਥਾਈਲੈਂਡ ਆਉਣਾ ਸਮਾਨ ਘੱਟ ਤੋਂ ਘੱਟ ਲਈ। ਇਹ ਆਪਾਂ ਨੇ ਚਾਈਨਾ ਜਾਣਾ, ਇਹਨਾਂ ਉੱਥੇ ਠੰਡ ਹੋਊਗੀ, ਗਰਮੀ ਵਾਲੇ ਕੱਪੜੇ ਤਾਂ ਆਪਣੀ ਟੈਕਸੀ ਆ ਗਈ, ਬਿਲਕੁਲ ਜੈੱਡ ਬਲੈਕ ਆ ਗਈ ਆਪਣੀ ਟੈਕਸੀ, ਟੋਇਟਾ ਦੀ ਹੈ। 2.5 ਕਿਲੋਮੀਟਰ ਹੈ ਇੱਥੋਂ, ਟਰਾਂਸਪੋਰਟ ਟਰਮੀਨਲ ਕਹਿ ਦਿੰਦੇ ਉਰੇ, ਜਿਹੜਾ ਪਤਿਆ ਦਾ ਮੇਨ ਬੱਸ ਸਟੇਸ਼ਨ ਹੈ। ਬੱਸ ਅੱਡੇ ਆ ਗਏ ਬਈ, ਅਤੇ ਇੱਥੋਂ ਅਲੱਗ ਅਲੱਗ ਬੱਸ ਅੱਡਿਆਂ ਨੂੰ ਬੱਸਾਂ ਜਾਂਦੀਆਂ ਨੇ ਕਿਉਂਕਿ ਬੈਂਕੋਕ 'ਚ ਐਕਾਮਾਈ ਹੈ, ਮੋਚਿਤ ਹੈ, ਹੈ ਨਾ। ਤਾਂ ਜਿੱਧਰ ਵੀ ਤੁਸੀਂ ਜਾਣਾ, ਇੱਥੋਂ ਘੰਟੇ ਘੰਟੇ ਬਾਅਦ ਬੱਸ ਜਾਂਦੀ ਹੈ ਵੀ, ਅਤੇ ਬੈਂਕੋਕ 2 ਬੱਸ ਟਰਮੀਨਲ ਨੇ, ਐਕਾਮਾਈ ਅਤੇ ਮੋਚਿਤ। ਤਾਂ ਜਿਹੜਾ ਐਕਾਮਾਈ ਹੈ ਬਾਹਰ ਹੈ ਸਿਟੀ ਤੋਂ ਲਗਭਗ 20 ਕਿਲੋਮੀਟਰ, ਅਤੇ ਰੇਲਵੇ ਸਟੇਸ਼ਨ ਤੋਂ ਮੋਚਿਤ 8 ਕਿਲੋਮੀਟਰ। 131 ਬੱਸ ਲੱਗਦੇ ਆ ਵੀ, 12 ਵਜੇ ਬੱਸ ਹੈ ਇੱਕ ਟਿਕਟ 'ਤੇ, ਤਾਂ 2 ਟਿਕਟਾਂ ਦੇ 260 ਲੱਗੇ। ਇੱਥੇ ਛੋਟਾ ਜਿਹਾ ਫੂਡ ਕੋਰਟ ਵੀ ਹੈ ਵੀ, ਇੱਥੇ ਤੁਸੀਂ ਖਾ ਪੀ ਸਕਦੇ ਹੋ। ਆਹ ਸਾਰਾ ਵੇਟਿੰਗ ਏਰੀਆ ਬੈਠੇ ਦੇਖਣ ਲੋਕ। ਆਪਣੀ ਬੱਸ ਲੱਗ ਗਈ ਅਤੇ ਸਮਾਨ ਇਹਦੇ ਵਿੱਚ ਜਮ੍ਹਾਂ ਕਰਾਉਣ ਦੇ ਅਲੱਗ ਪੈਸੇ ਲੱਗਦੇ ਆ, ਦੇਖਦੇ ਹਾਂ। ਇਹ ਸਾਰੇ ਪੈਸੈਂਜਰ ਨੇ, ਲਾਈਨ ਲੰਬੀ ਹੈ। ਚੱਲ ਪੂਰੇ ਕੰਢਾ ਲੱਗਿਆ ਹੈ, ਤੋਲ ਕੇ 20 ਬੱਸ ਲੈਂਦੀ ਹੈ ਇੱਕ ਬੈਗ ਦੇ ਮਤਲਬ। ਆਹ ਦੇਖੋ ਪੂਰਾ ਬੋਰਡਿੰਗ ਏਅਰਪੋਰਟ ਵਾਂਗੂ ਸਟਿੱਕਰ ਲਾ ਕੇ ਦਿੰਦੇ ਆ ਪੂਰਾ। ਜਿਹੜੇ ਬੈਗ ਪੈਕ ਨੇ ਵੀ ਉਹ ਫਰੀ ਨੇ, ਉਹਨਾਂ ਦੇ ਕੋਈ ਪੈਸੇ ਨਹੀਂ। ਜਿਹੜੇ ਵੱਡੇ ਬੈਗ ਨੇ ਨਾ ਟਰੋਲੀ, ਇਹਨਾਂ ਦੇ ਆ 20 ਬੱਸ। ਚਲੋ ਬੋਰਡ ਕਰਦੇ ਹਾਂ ਬੱਸ ਆਪਾਂ। ਸਾਡੇ ਨਾਲ ਲਾਰਡ ਹਾਰਡੀ ਹੋਰ ਦੀ ਪ੍ਰਜਾਤੀ ਦੇ ਬੰਦੇ ਟਰੈਵਲ ਕਰ ਰਹੇ ਆ। ਥਾਈਲੈਂਡ ਦੀਆਂ ਬੱਸਾਂ 'ਚ ਵੀ ਤੁਹਾਨੂੰ ਬਾਥਰੂਮ ਵੀ ਦੇਖਣ ਨੂੰ ਮਿਲ ਜੂਗਾ, ਦੇਖੋ ਪੂਰਾ ਟੋਇਲਟ ਹੁੰਦਾ। ਕੁਲਵਿੰਦਰ ਬੈਠ ਗਿਆ ਵਿੰਡੋ ਵਾਲੀ ਸੀਟ, ਕਹਿੰਦਾ ਮੈਂ ਵਿਊ ਦੇਖਣਾ ਬਾਹਰ ਦਾ ਵਿਊ, ਸੱਚੀ ਬਾਲਾ ਘੈਂਟਾ ਯਾਰ, ਜੋ ਵੈਦਰ ਆ ਬੜਾ ਪਲੈਜੈਂਟ ਜਾ ਅੱਜ। ਆਪਾਂ ਪਹੁੰਚ ਗਏ ਬਿਲਡਿੰਗ ਦੀਆਂ ਵੀ, ਇਹ ਜਿਹੜੇ ਸਕਾਈ ਸਕੈਪਰ ਜਿਹੇ ਨੇ ਬੜੇ ਘੈਂਟ ਨੇ ਯਾਰ, ਇਹ ਬਲੈਕ ਜਿਹੇ ਕਲਰ ਵਾਲੇ ਖਾਸ ਕਰਕੇ। ਵੱਜ ਗਏ 2, ਪਹੁੰਚ ਗਏ ਆਪਾਂ ਬੈਂਕੋਕ ਵੀ। ਤਾਂ ਹੀ ਤਾਂ ਮੈਂ ਲੈਪਟੋਪ ਵਾਲਾ ਬੈਗ ਰੱਖਿਆ ਨਹੀਂ, ਚੱਕ ਕੇ ਐਂ ਮਾਰਦੇ ਆ ਵੀ ਲੈਪਟੋਪ ਵਾਲਾ ਬੈਗ ਨਾ ਰੱਖੀਏ। ਇੱਥੋਂ ਰੇਲਵੇ ਸਟੇਸ਼ਨ ਵੀ 4-5 ਕਿਲੋਮੀਟਰ ਦੂਰ ਹੈ, ਜਿਹੜਾ ਵੱਡਾ ਬੈਂਕਸੂਈ ਰੇਲਵੇ ਸਟੇਸ਼ਨ। ਕੁਸੈਵੇਂ ਦਾ ਬੱਸ ਅੱਡਾ ਹੈ ਵੀ, ਔਰ ਮੇਨਲੀ ਮਿੰਨੀ ਬੱਸਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ। ਇੱਧਰ ਗੋਰੀ ਬੀਬੀ ਬਈ, ਇਹਦੇ ਵੀ ਬਹੁਤ ਟੈਟੂ ਨੇ, ਬੈਗ ਪੈਕ ਕਰਿਆ ਦੇਖੋ, ਉਹ ਸਾਰੇ ਬੈਗ ਪੈਕ ਕਰੀ ਜਾਂਦੇ ਆ। ਸਾਹਮਣੇ ਹੀ ਮੋਟਰਸਾਈਕਲ ਵਾਲੀਆਂ ਟੈਕਸੀਆਂ ਨੇ, ਜੇ ਕਿਸੇ ਨੇ ਲੈ ਕੇ ਜਾਣੀ ਹੈ ਸਾਡਾ ਬੈਗ ਪੈਕ ਪਿਆ। ਬੱਸ ਸਟੈਂਡ ਦੇ ਬਾਹਰ ਵੀ ਇਹ ਸਾਰੀਆਂ ਮੀਟਰ ਵਾਲੀਆਂ ਟੈਕਸੀਆਂ ਨੇ, ਜੇ ਲੈ ਕੇ ਜਾਣੀਆਂ ਨੇ, ਅਤੇ ਇਹਦੇ ਨਾਲ ਹੀ ਟੁੱਕ ਟੁੱਕ ਹੈ। ਬੈਂਕਸੂਈ ਟ੍ਰੇਨ ਸਟੇਸ਼ਨ, ਬੈਂਕਸੂਈ
ਯਾਰ ਟੂ ਪੀਪਲ ਰਿਕਸ਼ੇ ਨੇ ਬਸ ਉਰੇ ਟੁੱਕ ਟੁੱਕ ਕਹਿ ਦਿੰਦੇ ਆ ਇਹਨੂੰ ਮਨੀ 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 ਹਾਂ ਬੱਸਾਂ ਬਣੀਆਂ ਕਹਿਣ ਚੱਲਦੀਆਂ ਨੇ ਲਾਲ ਲਾਲ ਜੀ ਹੁਣ ਔਰੇਂਜ ਬੱਸ ਆ ਗਈ ਬਈ ਰੰਗ ਹੀ ਬਹੁਤ ਨੇ ਲੋ ਵੀ ਆਪਣੀ ਟੈਕਸੀ ਆ ਗਈ ਬਿਲਕੁਲ ਲਾਲ ਰੰਗ ਦੀ ਰੱਖਦਾ ਵੀ ਸਮਾਨ ਉਰੇ ਟੋਇਟਾ ਦੀਆਂ ਗੱਡੀਆਂ ਕਾਫੀ ਨੇ ਯਾਰ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਦੇਖੋ ਕਿੰਨੀ ਘੈਂਟ ਹੈ ਬਾਈ ਸਾਹਿਬ ਨੇ ਵੀ ਗੱਡੀ 'ਚ ਦੇਖੋ ਪਰਦੇ ਲਾਏ ਹੋਏ ਆ ਨਾ ਪੂਰਾ ਦੇਖੋ ਗੱਡੀ ਬਹੁਤ ਘੈਂਟ ਹੈ ਬਈ ਬਾਈ ਦੀ ਵਿੱਚ ਹੈਲੀਕਾਪਟਰ ਵੀ ਰੱਖਿਆ ਪਿਛਲੇ ਸਾਰੇ ਥਾਈਲੈਂਡ ਵਾਲੇ ਬਲੌਗ ਦੇਖ ਲਈਓ ਵੀ ਉਹ 'ਚ ਮੈਂ ਸੱਪਾਂ ਦੀ ਮੰਡੀ ਦਿਖਾਈ ਸੀ ਉਹੀ ਏਰੀਆ ਚੱਟੂ ਚੱਕ ਫੁੱਲ ਮੂਨ ਪਾਰਟੀ ਜਿਹੜੀ ਹੈ ਨਾ ਪੂਰਨਮਾਸੀ ਨੂੰ ਹੁੰਦੀ ਆ ਕੋ ਫੰਗਾਨ ਅਤੇ ਨੌਰਥ ਥਾਈਲੈਂਡ ਗਿਆ ਸੀ ਚੰਗ ਮਾਈ ਉਹ ਸਾਰੀ ਪਲੇ ਲਿਸਟ ਖੋਲ੍ਹ ਕੇ ਦੇਖ ਲਈਓ ਸਵਾਦ ਆਊਗਾ ਤੁਹਾਨੂੰ ਮੈਂ ਤਾਂ ਉਹ ਕਰੋਨਾ ਦਾ ਟੀਕਾ ਵੀ ਲਵਾ ਕੇ ਗਿਆ ਸੀ ਇੱਧਰ ਵੀ ਇਹ ਰੇਲ ਗੱਡੀਆਂ ਸਮਾਰਦੇ ਸਮੋਰਦੇ ਆ ਆਹ ਬੈਂਕ ਸੂਈ ਗ੍ਰੈਂਡ ਸਟੇਸ਼ਨ ਉਰੇ ਆਪਾਂ ਕਰੋਨਾ ਦਾ ਟੀਕਾ ਲਵਾ ਕੇ ਗਏ ਸੀ ਉਦੋਂ ਇਹ ਸਟੇਸ਼ਨ ਵੀ ਇਹਨਾਂ ਨੇ ਨਵਾਂ ਬਣਾਇਆ ਬਾਹਲਾ ਵੱਡਾ ਇਹ ਬੰਦ ਹੀ ਪਿਆ ਯਾਰ ਅੱਧਾ ਕਿਦਾ ਦੇਖੋ ਜਮਾਂ ਖਾਲੀ ਹੈ ਲੱਗਦਾ ਹੀ ਨਹੀਂ ਲਿਖਿਆ ਲੌਂਗ ਡਿਸਟੈਂਸ ਟ੍ਰੇਨ ਦੇਖਦੇ ਵੀ ਇੱਧਰ ਮਿਲੂ ਜਾਂ ਨਹੀਂ ਵੇਅਰ ਇਜ਼ ਟਿਕਟ ਕਾਊਂਟਰ ਬਾਕੀ ਆਊਟ ਸਾਈਡ ਰਾਈਟ ਓ ਇਹ ਸਾਰੇ ਵੀ ਟਿਕਟ ਕਾਊਂਟਰ ਨੇ ਇੱਥੋਂ ਦੇਖਦੇ ਹਾਂ ਟਿਕਟ ਮਿਲੂਗੀ ਹੁਣ ਬਾਕੀ ਉਰੇ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਹਰ ਪੇਮੈਂਟ ਸਿਸਟਮ ਨਾਲ ਪੇ ਕਰ ਸਕਦੇ ਹੋ ਉਰੇ ਥਾਈਲੈਂਡ 'ਚ ਇੱਕ ਪੰਗਾ ਹੈ ਕਾਫੀ ਕਲੱਬਾਂ 'ਚ ਉਹ ਕਹਿੰਦੇ ਆ ਵੀ ਘੱਟੋ ਘੱਟ 1500 ਬਾਅਦ ਦਾ ਬਿੱਲ ਬਣਾਓ ਫਿਰ ਹੀ ਤੁਸੀਂ ਕ੍ਰੈਡਿਟ ਕਾਰਡ ਨਾਲ ਪੇ ਕਰ ਪਾਓਗੇ ਕਾਰਡ ਨਾਲ ਅਦਰਵਾਈਜ਼ ਕੈਸ਼ ਇਹ ਪਤਾ ਨਹੀਂ ਪੁੱਠਾ ਜਿਹਾ ਕੰਮ ਹੈ ਤਾਂ ਇਹ ਪੇਮੈਂਟ ਦੇ ਮਾਮਲੇ 'ਚ ਇੰਡੀਆ ਬਹੁਤ ਅੱਗੇ ਹੈ ਵੀ ਜੇ 1 ਰੁਪਿਆ ਤੁਸੀਂ ਗੂਗਲ ਪੇ ਕਰ ਦਿਓ ਸਲੀਪਰ ਓਕੇ ਤਾਂ ਵੀ 1800 ਬਾਅਦ ਦੀ ਹੈ ਟਿਕਟ ਅਤੇ ਸਲੀਪਰ ਅੱਠ 25 ਤੇ ਸਾਡੀ ਰਾਤ ਨੂੰ ਟ੍ਰੇਨ ਹੈ ਸਵੇਰੇ 6:25 ਤੇ ਪਹੁੰਚੂਗੀ ਵੀ ਸਾਡੀਆਂ ਸੀਟਾਂ ਨਾਲ ਨਾਲ ਨੇ ਅਤੇ ਇਹਨਾਂ ਨੇ ਪਾਸਪੋਰਟ ਲਿਆ ਪਹਿਲਾਂ 2150 ਰੁਪਏ ਦੀ ਟਿਕਟ ਪਈ ਹੈ ਇਹਨਾਂ ਦੀ ਕਰੰਸੀ 'ਚ 894 ਬਾਅਦ ਅਤੇ ਇੰਡੀਅਨ ਕਰੰਸੀ 'ਚ 2150 ਦੀ ਟਿਕਟ ਪਈ ਹੈ ਸਲੀਪਰ ਕਲਾਸ ਥਾਈਲੈਂਡ ਦੀ ਅੱਜ ਦੇਖਾਂਗੇ ਇੱਥੇ ਪਲੇਟਫਾਰਮ ਨਹੀਂ ਲਿਖੇ ਹੁੰਦੇ ਵੀ ਗੇਟ ਵੀ ਏਅਰਪੋਰਟ ਵਾਲਾ ਹੀ ਕੰਮ ਹੈ ਨਾ ਇਹ ਰੇਲਵੇ ਸਟੇਸ਼ਨ ਵੀ ਏਅਰਪੋਰਟ ਵਾਂਗੂ ਹੀ ਹੈ ਸਾਰਾ ਇਹ ਸਕਰੀਨ 'ਤੇ ਸਾਰੀਆਂ ਟ੍ਰੇਨਾਂ ਲੱਗੀਆਂ ਹੋਈਆਂ ਨੇ ਅਨਾਊਂਸ ਹੋ ਰਹੀਆਂ ਨੇ ਅਤੇ ਸਾਰੇ ਗੇਟ ਨੇ ਕਿਹੜੇ ਗੇਟ ਤੋਂ ਇਹ ਡਿਪਾਰਚਰ ਕਰੂਗੀ ਇਹ ਸਕਰੀਨ 'ਤੇ ਇੱਧਰ ਲਾਈਨਾਂ ਸ਼ੋਅ ਕਰਦੀ ਇਹ ਸਾਊਥ ਲਾਈਨ 'ਤੇ ਆਊਗੀ ਜਾਂ ਨੌਰਥ ਈਸਟਰਨ ਹੈ ਨਾ ਅਤੇ ਤੌਰੇ ਵੀ ਜਿਹੜੇ ਅਲੱਗ ਅਲੱਗ ਡਾਇਰੈਕਸ਼ਨਾਂ ਤੋਂ ਜਿਹੜੀਆਂ ਟ੍ਰੇਨਾਂ ਆਉਂਦੀਆਂ ਨੇ ਉਹ ਅਲੱਗ ਅਲੱਗ ਪਲੇਟਫਾਰਮਾਂ 'ਤੇ ਆਉਂਦੀਆਂ ਨੇ ਗੇਟਾਂ 'ਤੇ ਜਿਵੇਂ ਜਿਹੜੀਆਂ ਨੌਰਥ ਤੋਂ ਆਉਂਦੀਆਂ ਨੇ ਨੌਰਥ ਵਾਲਾ ਅਲੱਗ ਹੈ ਸਾਊਥ ਵਾਲਾ ਅਲੱਗ ਹੈ ਐਂ ਮਿਕਸ ਵਾਲਾ ਕੰਮ ਨਹੀਂ ਆਪਣੇ ਵਾਲੇ ਵਾਂਗੂ ਇਹ ਗੱਲ ਮੈਨੂੰ ਵਧੀਆ ਲੱਗੀ ਅਤੇ ਬਾਕੀ ਚਾਈਨਾ ਰੇਲਵੇ ਵਿਛਾ ਰਿਹਾ ਲੋਸ ਤੱਕ ਹੈ ਇੱਥੋਂ ਸਿੱਧੀ ਚਾਈਨਾ ਨਾਲ ਕਨੈਕਟੀਵਿਟੀ ਮੈਨੂੰ ਲੱਗਦਾ ਤਾਂ ਹੀ ਇਹਨਾਂ ਨੇ ਇੰਨਾ ਵੱਡਾ ਸਟੇਸ਼ਨ ਬਣਾਇਆ ਇਹ ਸਾਰਾ ਵੀ ਵੇਟਿੰਗ ਏਰੀਆ ਕਿੰਨਾ ਖੂਬਸੂਰਤ ਹੈ ਦੇਖੋ ਕਿੰਨਾ ਜ਼ਿਆਦਾ ਸਾਫ਼ ਸਫਾਈ ਹੈ ਹਰ ਡਾਇਰੈਕਸ਼ਨ ਵਾਲੀ ਟ੍ਰੇਨ ਦਾ ਵੇਟਿੰਗ ਏਰੀਆ ਵੀ ਸੈਪਰੇਟ ਹੈ ਇੱਕੋ ਨਹੀਂ ਹੈਗਾ ਬਾਕੀ ਯਾਰ ਉਰੇ ਕੌਫੀ ਵਾਲਾ ਹੈ ਅਤੇ ਆਹ ਰੇਟ ਹੈ ਇਹਨਾਂ ਦਾ ਅਲੱਗ ਅਲੱਗ ਸਸਤੀ ਉਰੇ ਕੌਫੀ ਰੈਗੂਲਰ 100-120 ਰੁਪਈਆਂ ਦੀ ਮਿਲ ਜਾਂਦੀ ਹੈ ਰਸ਼ੀਆ ਨਾਲੇ ਤਾਂ ਸਸਤੀ ਹੈ ਤਵਾਦਿਕਾ ਕੈਪੀਚੀਨੋ ਰੈਗੂਲਰ ਮੀਡੀਅਮ ਮੀਡੀਅਮ ਲੋ ਵੀ ਲੈ ਲਈ ਆਪਾਂ ਨੇ ਕੌਫੀ ਕੈਪੀਚੀਨੋ ਹੌਟ ਲਈ ਹੈ ਇੱਧਰ ਮਹਿੰਗੀ ਪਈ ਹੈ ਵੀ ਇੱਧਰ ਸੈਂਡਵਿਚ ਨੇ ਪਰ ਇਹਨਾਂ ਦੇ ਵਿੱਚ ਮੀਟ ਪੱਕਾ ਹੋਊਗਾ ਬਰਗਰ ਵੀ ਪਏ ਨੇ ਆਹ ਦੇਖੋ ਉਰੇ ਮੀਟ ਬਿਨਾਂ ਕੁਛ ਖਾਂਦੇ ਹੀ ਨਹੀਂ ਉਹ ਸਸਤਾ ਹੀ ਹੈ ਕੰਮ ਕੋਈ ਬਹੁਤਾ ਮਹਿੰਗਾ ਨਹੀਂ ਹੈਗਾ ਇਹ ਤਾਂ ਸਿਰਫ ਫਰੂਟਾਂ ਦਾ ਹੀ ਚੱਲੂਗਾ ਬਸ ਫਰੂਟ ਖਾ ਲੈ ਕੌਫੀ ਬਈ ਬਾਹਲੀ ਘੈਂਟ ਬਣਾਈ ਹੈ ਸੱਚ ਕੇ ਵੀ ਵਿਕਦੀ ਹੈ ਥਾਈਲੈਂਡ 'ਚ ਪਰ ਇਹ ਹੋਰ ਟਾਈਪ ਦੀ ਪਿੱਛੇ ਤਿਲ ਨੇ
ਕਹਿ ਕੇ ਬੇਰਕਾ ਦਾ ਪਲਾਂਟ ਲਵਾਉਂਦੇ ਇਹਨਾਂ ਨੂੰ, ਮੇਰੇ ਕੋਲ ਤਾਂ ਆਮ ਜਿਹਾ ਚਾਹੀਦਾ ਕਹਿੰਦਾ ਬੇਰਕਾ। ਬੱਚਿਆਂ ਦਾ ਸਮਾਨ ਬਹੁਤ ਹੋ ਰਿਹਾ ਖਾਣ ਪੀਣ ਨੂੰ, ਆਹ ਦੇਖੋ ਲੰਬੇ ਲੰਬੇ ਜੇ ਹੈ ਨਾ। ਆਹ ਵੀ ਜਿਹੜੀ ਇਮਲੀ ਜੀ ਖਾਂਦੇ ਹੁੰਦੇ ਆ ਉਵੇਂ ਦੀ ਲੱਗ ਰਹੀ ਹੈ, ਪਰ ਇਹ ਦੱਬਦੀ ਨਹੀਂ ਯਾਰ, ਇਮਲੀ ਪੋਲੀ ਹੁੰਦੀ ਹੈ ਨਾ। ਲੈ ਤਾਂ ਕਾਹਦਾ ਕੁਛ ਆ ਜੇ ਸਵਾਦ ਨਾ ਆਈ ਬਈ, ਕਰ ਕਰ ਟੇਸਟ ਕਰ, ਕਿਤੇ ਮੇਰੀ ਕੌਫੀ ਵਾਲਾ ਸਵਾਦ ਖਰਾਬ ਹੋ ਗਿਆ। ਦੱਸ ਐ ਨਹੀਂ ਉਹ ਦੇਖੋ ਵੀ ਚਾਰਜਿੰਗ ਸਟੇਸ਼ਨ ਬਣੇ ਹੋਏ ਆ, ਪੂਰੇ ਫੋਨ ਚਾਰਜ ਕਰ ਸਕਦੇ ਹੋ। ਇੱਕ ਜਣੇ ਦਾ 2100 ਰੁਪਇਆ ਲੱਗਿਆ ਵੀ ਟਿਕਟ ਦਾ, ਦੋਵਾਂ ਦਾ ਲਗਭਗ 4300 ਰੁਪਇਆ ਲੱਗਿਆ, ਕਿਤੇ ਇੱਕ ਦਾ ਸਮਝੋ ਵੀ 2100 ਚ ਸਰ ਗਿਆ। ਪੇ ਸਟੇਸ਼ਨ ਦਾ ਬਾਥਰੂਮ ਹੈ ਬਈ, ਜਨਾਨੀ ਵਾਲਾ ਪਿੰਕ ਹੈ ਤੇ ਬੰਦੇ ਵਾਲਾ ਬਲੂ ਹੈ, ਨਿਸ਼ਾਨੀ ਵਧੀਆ ਨਾ, ਇੱਕੋ ਕਲਰ ਨਹੀਂ। ਕਿੰਨਾ ਜ਼ਿਆਦਾ ਵੱਡਾ ਵੀ, ਸਾਫ਼ ਸਫਾਈ ਦੇਖੋ ਕਿੰਨੀ ਜ਼ਿਆਦਾ ਹੈ ਯਾਰ। ਇਹਦੇ ਵਿੱਚ ਵੀ ਅਲੱਗ ਅਲੱਗ ਸੈਕਸ਼ਨ ਬਣੇ ਹੋਏ, ਜਿਵੇਂ ਛੋਟੇ ਜਵਾਕਾਂ ਵਾਲੇ ਦੇਖੋ ਮੂਤਣ ਵਾਸਤੇ, ਉਹ ਤੋਂ ਵੱਡੇ ਵਾਲਾ ਹੈ ਨਾ ਅਲੱਗ ਅਲੱਗ। ਆਹ ਸਾਰਾ ਦੇਖੋ ਬਾਸ਼ ਵਿਚਨ ਦੇਖੋ ਵੀ ਸਾਰੇ ਸ਼ੀਸ਼ੇ ਕਿੰਨੇ ਜ਼ਿਆਦਾ ਆ। ਕਿਸੇ ਬੰਦੇ ਦਾ ਬਿਲਾ ਹੁੰਦਾ ਹੋਣਾ ਇੰਨੀ ਜਗ੍ਹਾ 'ਚ ਜਿੱਦਾਂ ਐਡਾ ਗੁੱਸ ਲਿਖਾਉਂਦਾ ਟੇਸਣ ਦਾ। ਕਈ ਕਹਿ ਦਿੰਦੇ ਆ ਬਈ ਤੂੰ ਇੰਡੀਆ ਨੂੰ ਹਮੇਸ਼ਾ ਕੰਪੇਅਰ ਕਰਦਾ, ਮਾੜਾ ਬੋਲਦਾ। ਮੇਰਾ ਕੋਈ ਦੁਸ਼ਮਣ ਥੋੜ੍ਹੀ ਹੈ ਇੰਡੀਆ, ਮੈਨੂੰ ਪਿਆਰ ਹੈ ਮੇਰੇ ਦੇਸ਼ ਨਾਲ। ਹੈਲਪਲਾਈਨ ਉਰੇ ਡੈਸਕ ਬਣਿਆ, ਇਨਫੋਰਮੇਸ਼ਨ ਲੈਣੀ ਹੈ ਕਿਸੇ ਨੇ ਵੀ ਤਾਂ ਇਹ ਗੋਰੀਆਂ ਆ ਰਹੀਆਂ ਨੇ। ਤਾਂ ਮੈਂ ਚਾਹੁੰਦਾ ਵੀ ਮੇਰਾ ਦੇਸ਼ ਵੀ ਇੰਨੀ ਤਰੱਕੀ ਕਰੇ, ਐਡੇ ਵੱਡੇ ਵੱਡੇ ਰੇਲਵੇ ਟੇਸ਼ਨ ਹੋਣ, ਇੰਨੀ ਜ਼ਿਆਦਾ ਸਫਾਈ ਹੋਵੇ, ਹੈ ਨਾ, ਮੇਰੇ ਦੇਸ਼ ਦੇ ਲੋਕਾਂ ਨੂੰ ਵਧੀਆ ਫੈਸਿਲਿਟੀਆਂ ਮਿਲਣ ਜੋ ਡਿਜ਼ਰਵ ਕਰਦੇ ਆ। ਹੁਣ ਇਹ ਸਾਰਾ ਕੁਝ ਝੂਠੀਆਂ ਤਰੀਫਾਂ ਨਾਲ ਨਹੀਂ ਮਿਲਣਾ ਵੀ ਮੈਂ ਨੈੱਟ 'ਤੇ ਚੰਗਾ ਬਣ ਜਾਂ, ਆਈ ਲਵ ਇੰਡੀਆ ਹੈ ਨਾ, ਪਲੇਟਫਾਰਮ ਬੜੇ ਘੈਂਟ ਨੇ ਫਲਾਣਾ ਧਮਕਾ, ਅਤੇ ਐਵੇਂ ਦਾ ਮੈਂ ਝੂਠੀ ਤਸੱਲੀ ਨਹੀਂ ਦੇ ਸਕਦਾ ਆਪਣੀ ਰੂਹ ਨੂੰ। ਹੁਣ ਕਈਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਵੀ ਸਟੇਟ ਫਾਰਵਰਡ ਜੀਆਂ, ਪਰ ਮੈਂ ਝੂਠਾ ਨਹੀਂ ਬਣ ਸਕਦਾ ਨਾ, ਜੋ ਮੈਂ ਜਿਵੇਂ ਦਾ ਹੈਗਾ ਮੈਨੂੰ ਉਵੇਂ ਦਾ ਹੀ ਵਧੀਆ ਲੱਗਦਾ ਬਸ। ਸਾਰੇ ਖੜ੍ਹੇ ਹੋ ਗਏ ਵੀ, ਸ਼ਾਇਦ ਪ੍ਰੇਅਰ ਇੱਦਾਂ ਨਹੀਂ, ਤਾਪਾ ਵੀ ਖੜ੍ਹੇ ਹੋ ਗਏ, ਰਿਸਪੈਕਟ ਹੁੰਦੀ ਹੈ ਇੱਕ। 6:09 ਹੋ ਗਈਆਂ ਹੁਣ ਰੇਲਵੇ ਸਟੇਸ਼ਨ 'ਤੇ ਪੂਰੀ ਭੀੜ ਹੋ ਗਈ। ਇਹਦਾ ਕਾਰਨ ਹੈ ਕਿਉਂਕਿ ਜਿੰਨੇ ਵੀ ਟਰੈਵਲਰ ਨੇ, ਯੂਰੋਪੀਅਨ ਨੇ ਜਾਂ ਬੈਗਪੈਕਰ ਗੋਰੇ, ਉਹ ਨੌਰਥ ਥਾਈਲੈਂਡ 'ਚ ਜਾਂਦੇ ਆ ਸਾਊਥ 'ਚ, ਉਹ ਰਾਤ ਵਾਲੀ ਟ੍ਰੇਨ 'ਚ ਹੀ ਸਫ਼ਰ ਕਰਦੇ ਆ ਸਲੀਪਰ 'ਚ। ਇੱਕ ਤਾਂ ਹੋਟਲ ਦੀ ਸਟੇਅ ਬਚ ਜਾਂਦੀ ਹੈ ਅਤੇ ਉਹ ਹੀ ਟ੍ਰੇਨ 'ਚ ਨਾਲੇ ਸਫ਼ਰ ਹੋ ਜਾਂਦਾ ਤੈਅ ਪੂਰਾ, ਮਤਲਬ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਜਾਂਦੇ ਆ। ਸਾਰੇ ਗੋਰੇ ਆ ਰਹੇ ਆ ਬੈਗ ਚੱਕੀ, ਹੈ ਨਾ, ਲੈਣ ਨਹੀਂ ਟੁੱਟ ਰਹੀ ਹੁਣ ਤਾਂ ਸਾਰੇ ਪਾਸੇ ਹੀ। ਛੋਟੀ ਛੋਟੀ ਉਮਰ ਦੀਆਂ ਗੋਰੀਆਂ ਵੀ ਸਾਰੀਆਂ ਬੈਗ ਪੈਕਰ ਨੇ। ਕੌਫੀ 50 ਵਾਟ ਦੀ ਹੈ, ਆਹ ਇਕੱਲਾ ਬਿਸਕਟ ਜਾਂ 44 ਵਾਟ ਦਾ ਹੈ। ਟ੍ਰੇਨ 'ਚ ਚੜ੍ਹਨ ਤੋਂ ਪਹਿਲਾਂ ਪਾਣੀ ਪੂਣੀ ਲੈ ਲਿਓ ਵੀ ਸਾਰਾ ਸਮਾਨ। ਹਾਂ ਬਹੁਤਰ ਬਹੁਤਰ, ਹਾਂ ਬਿਗ 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 21। ਹੁਣ ਥੋੜ੍ਹਾ ਖਾਣ ਵਾਸਤੇ ਵੀ ਲੈ ਲਾਂ ਵੀ ਮੈਂ ਰਾਤ ਨੂੰ ਭੁੱਖਾ ਮਰ ਜੂੰਗਾ। ਤਾਂ ਲਾਸਟ ਟਾਈਮ ਮੈਂ ਇਹ ਖਾਇਆ ਸੀ ਵੀ ਇਹਦੇ ਵਿੱਚ ਕੀ ਹੁੰਦਾ, ਐੱਗ ਹੁੰਦਾ, ਅੰਡਾ ਫਰਾਈ ਕੀਤਾ ਹੁੰਦਾ, ਚੌਲ ਚੂਲ ਜਿਹੇ ਹੁੰਦੇ ਆ, ਇਟਸ ਚਿਕਨ। ਲਓ ਵੀ ਇੱਕ ਆਪਣੇ ਅਮਰੂਦ ਲੈ ਲਿਆ, ਇਹ ਕੱਟ ਕੇ ਦੇ ਰਿਹਾ ਭਾਈ ਸਾਹਿਬ। ਔਰ ਇਹ ਕੱਚਾ ਅੰਬ ਬਹੁਤ ਵਾਰੀ ਕਹਿੰਦਾ ਵੀ ਟਰਾਈ ਕਰੀ ਇੱਕ, ਹਨੀ ਵਾਲੀ ਚਟਨੀ ਮਿੱਠੀ ਬੜੀ ਘੈਂਟ ਹੁੰਦੀ ਹੈ। ਇਹ ਬੜੀ ਘੈਂਟ ਗੱਲ ਲੱਗਦੀ ਹੈ, ਪੂਰਾ ਕੱਟ ਕੇ ਨਾ ਪੈਕ ਕਰਕੇ ਮਸਾਲਾ ਮਸੂਲਾ ਪਾ ਕੇ ਦਿੰਦੇ ਆ, ਹੈ ਨਾ। ਗੋਰੀਆਂ ਕਿ ਨਹੀਂ ਦੇਖ ਬਈ ਕਿੰਨਾ ਕਿੰਨਾ ਵੇਟ ਚੱਕਿਆ ਤੂੰ, ਇੰਨੇ ਨਾਲ ਹੀ ਰੋਈ ਜਾਂਦਾ, ਉਹ ਨੇ ਟਰੈਵਲਰ ਅੱਛਾ। ਅਨਾਊਂਸਮੈਂਟ ਹੁੰਦੀ ਹੈ ਵੀ ਇਹ ਟ੍ਰੇਨ ਲੱਗ ਗਈ ਪਲੇਟਫਾਰਮ 'ਤੇ, ਸਾਡੀ ਟ੍ਰੇਨ ਦੀ ਬੋਰਡਿੰਗ ਸਟਾਰਟ ਹੋ ਗਈ। ਪੂਰੀ ਜਹਾਜ਼ ਵਾਲੀ ਫੀਲਿੰਗ ਆ ਰਹੀ ਹੈ, ਦੇਖੋ ਲਿਖਿਆ ਆ ਰਿਹਾ ਨਾ ਬੋਰਡਿੰਗ ਨੌ ਖਾਈ। ਆਹ ਸਾਰੇ ਲੋਕ ਲਾਈਨ 'ਚ ਲੱਗਿਆ ਬਈ, ਆਪਦੀਆਂ ਟਿਕਟਾਂ ਦਿਖਾ ਰਿਹਾ, ਫਿਰ ਅੰਦਰ ਜਾ ਰਿਹਾ। ਕਾਫੀ ਲੰਬੀ ਲਾਈਨ ਹੈ, ਕੁਲਵਿੰਦਰ ਦੇ ਪਿੱਛੇ ਮੋਢੇ ਤੋੜੂ ਜੰਤਰ ਹੈ ਟੰਗ ਲਿਆ। ਪਲੇਟਫਾਰਮ ਬਹੁਤ ਸੋਹਣਾ ਵੀ, ਘੰਟਾ ਲੱਗਿਆ ਕਿੰਨਾ ਵੱਡਾ, ਦੇਖੋ ਪੂਰੀ ਤਕੜੀ ਫੀਲਿੰਗ ਆ ਰਹੀ ਹੈ ਯਾਰ। ਆਹ ਟ੍ਰੇਨ ਖੜ੍ਹੀ ਹੈ ਵੀ ਜਿਹਦੇ ਵਿੱਚ ਅਸੀਂ ਚੜ੍ਹਨਾ ਹੈ, ਪੂਰੇ ਵੱਡੇ ਲੈਵਲ ਦੀ ਫੀਲਿੰਗ ਹੈ। ਇਹਨੂੰ ਪੁੱਛ 11। ਰਸ਼ੀਆ ਵਾਂਗੂ ਵੀ ਉਰੇ ਹਰ ਡੱਬੇ ਦੇ ਬਾਹਰ ਇੱਕ ਟੀਟੀ ਹੈ, ਫਾਲਤੂ ਬੰਦਾ ਉਰੇ ਟ੍ਰੇਨ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ, ਨਾ ਉਰੇ ਪਲੇਟਫਾਰਮ 'ਚ ਵੜ ਸਕਦਾ। ਤਾਂ ਇੰਨੀ ਸਿਕਿਉਰਿਟੀ ਦੇਖ ਕੇ ਅਤੇ ਇੰਨਾ ਸਾਫ਼ ਸਫਾਈ ਦੇਖ ਕੇ ਬਹੁਤ ਵਧੀਆ ਫੀਲ ਹੋ ਰਿਹਾ, ਲੱਗੇ ਨਹੀਂ ਰਿਹਾ ਵੀ ਅਸੀਂ ਏਸ਼ੀਆ 'ਚ ਹਾਂ, ਹੈ ਨਾ, ਕਿਸੇ ਬਾਹਰਲੇ ਡਿਵੈਲਪਡ ਦੇਸ਼ 'ਚ ਫਿਰ ਰਿਹਾ ਐਂ ਫੀਲ ਹੁੰਦਾ। ਸੱਚੀ ਥਾਈਲੈਂਡ ਕਾਫ਼ੀ ਡਿਵੈਲਪਡ ਹੈ,
ਸਾਰਾ ਲਿਖ ਕੇ ਲਾਇਆ ਵੀ ਸਾਡਾ 11 ਨੰਬਰ ਡੱਬਾ ਹੈ। ਦੇਖੋ ਇਹ ਟੀਟੀ ਹੈ ਸੀਟ ਆ ਲਾਇਆ ਪੂਰਾ। ਬਹੁਤ ਘੈਂਟ ਟ੍ਰੇਨ ਹੈ ਬਈ, ਸਵਾਦ ਹੈ। ਕਿੰਨਾ ਜ਼ਿਆਦਾ ਖੁੱਲ੍ਹਾ ਸਪੇਸ ਹੈ ਵੀ, ਪੂਰੀਆਂ ਲਾਲ ਲਾਲ ਸੀਟਾਂ ਨੇ, ਸਲੀਪਰ ਹੈ। ਦੇਖੋ ਤਗੜੇ ਲੈਵਲ ਦੀ ਫੀਲਿੰਗ। ਕਿਉਂ ਕੁਲਵਿੰਦਰ, ਸਾਡੀਆਂ ਦੋਨਾਂ ਦੀਆਂ ਸੀਟਾਂ ਉੱਪਰ ਨੇ ਬਈ। ਕੁਲਵਿੰਦਰ ਦੀ ਇੱਧਰਲੀ ਸਾਈਡ ਹੈ ਉੱਪਰ, ਅਤੇ ਮੇਰੇ ਵਾਲੀ ਇੱਧਰ ਹੈ ਬਰਾਬਰ। ਇਹ ਸਮਾਨ ਰੱਖਣ ਨੂੰ ਬਣਾਇਆ ਵੀ ਛੋਟੇ ਛੋਟੇ ਰੈਕ ਜੇ। ਸਾਨੂੰ ਵੀ ਦੇਖੋ ਪੂਰੇ ਕੰਬਲ ਦਿੱਤੇ ਆ, ਪੈਕ ਕੀਤੇ ਹੋਏ ਆ ਕੰਬਲ, ਐਂ ਨਹੀਂ ਵੀ ਪੁਰਾਣੇ ਹੈ ਨਾ ਜਾਂ ਦੇ ਤੇ। ਦੇਖੋ ਇਹ ਬੈੱਡ ਸ਼ੀਟਾਂ ਨੇ ਹੈ ਨਾ ਨਵੀਆਂ, ਅਤੇ ਇਹ ਪੂਰੇ ਗੱਦੇ ਨੇ, ਅਤੇ ਸਾਈਡ 'ਤੇ ਵੀ ਗੱਦੇ ਲੱਗੇ ਹੋਏ ਆ ਪੂਰੇ ਕੰਫਰਟੇਬਲ ਹੈ, ਅਤੇ ਕਰਟਨਸ ਲੱਗੇ ਹੋਏ ਆ ਸਾਈਡ 'ਤੇ ਪੜਦੇ, ਹੈ ਨਾ ਪ੍ਰਾਈਵੇਸੀ ਪੂਰੀ ਹੈ। ਜਿਵੇਂ ਸ਼ਾਹੀ ਗੱਡੀਆਂ ਹੁੰਦੀਆਂ ਨੇ ਨਾ ਜੈਸਲਮੇਰ ਚੱਲਦੀ ਉੱਧਰ ਰਾਜਸਥਾਨ ਨੂੰ, ਉਵੇਂ ਦੀ ਫੀਲਿੰਗ ਆ ਰਹੀ ਹੈ ਪੂਰੀ ਸ਼ਾਹੀ, ਕਿਉਂਕਿ ਇੱਕ ਤਾਂ ਕਲਰ ਹੀ ਐਵੇਂ ਦਾ ਰੈੱਡ। ਬਾਕੀ ਬਈ ਸੀਟਾਂ ਬਹੁਤ ਜ਼ਿਆਦਾ ਖੁੱਲ੍ਹੀਆਂ ਨੇ, ਦੇਖੋ ਬੈਠ ਸਕਦੇ ਹੋ। ਸਾਈਡ 'ਤੇ ਵੀ ਇਹ ਲੱਗੀ ਹੋਈ ਆ ਪ੍ਰੋਟੈਕਸ਼ਨ ਵੀ, ਬੰਦਾ ਇੱਧਰ ਨਾ ਡਿੱਗ ਜੇ। ਘੈਂਟ ਲੱਗਿਆ, ਆਹ ਸਕਰੀਨ ਲੱਗੀ ਹੋਈ ਹੈ ਵੀ, ਇਹਦੇ ਵਿੱਚ ਨੰਬਰ ਸਾਰਾ ਕੁਛ ਹੈ ਨਾ, ਜਾਣਕਾਰੀ ਹੈ ਟ੍ਰੇਨ ਦੀ, ਟੈਂਪਰੇਚਰ A to Z। ਆ ਟੋਇਲਟ ਹੈ ਵੀ, ਕਿੰਨਾ ਜ਼ਿਆਦਾ ਸਾਫ਼ ਹੈ। ਸਾਹਮਣੇ ਬਹੁਤ ਵੱਡਾ ਸਾਰਾ ਸ਼ੀਸ਼ਾ ਲੱਗਿਆ, ਦੇਖੋ ਇਹ ਹੱਥ ਧੋਣ ਵਾਸਤੇ ਲੱਗਿਆ ਪੂਰੇ ਟਿਸ਼ੂ ਪੇਪਰ। ਬਹੁਤ ਜ਼ਿਆਦਾ ਪ੍ਰਬੰਧ ਹੈ ਯਾਰ। ਬਾਹਰ ਵੀ ਦੋ ਵਾਸ਼ਬੇਸ਼ਨ ਲੱਗੇ ਹੋਏ ਆ ਦੇਖੋ, ਜਿਨ੍ਹਾਂ ਨੇ ਬ੍ਰਸ਼ ਕਰਨਾ ਜਾਂ ਮੂੰਹ ਮਾਂਹ ਧੋਣਾ, ਬਾਹਰੀ ਤੋਂ ਟੋਇਲਟ ਜਾਣ ਦੀ ਲੋੜ ਨਾ ਪਵੇ। ਬਹੁਤ ਘੈਂਟ ਹੈ ਯਾਰ ਟ੍ਰੇਨ। ਇਹ ਸਾਡੇ ਭਾਈ ਵੀ ਚਾਈਨਾ ਤੋਂ ਨੇ, ਨੀ ਹਾਓ ਫਰੈਂਡਸ ਫਰੈਂਡਸ ਹਾਂ ਹਾਂ ਟਰੈਵਲ ਇਨ ਥਾਈਲੈਂਡ ਟੂ ਲਾਓਸ ਹਾਂ। ਇਹ ਭਾਈ ਸਾਹਿਬ ਵੀ ਲਾਓਸ ਜਾ ਰਹੇ ਆ, ਅਤੇ ਉਹ ਤੋਂ ਬਾਅਦ ਫਿਰ ਚਾਈਨਾ ਜਾਣਗੇ ਬਾਏ ਟ੍ਰੇਨ। ਟ੍ਰੇਨ ਸ਼ੀਸ਼ਾ 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 ਬਾਈ ਸਾਹਿਬ ਨਾਲ ਗੱਲਾਂ ਬਾਤਾਂ ਕਰ ਰਹੇ, ਪੁੱਛ ਰਹੇ ਵੀ ਚਾਈਨਾ 'ਚ ਕੀ ਕੁਛ ਮੈਪ, ਬਾਈਡੂ ਮੈਪ, ਗੁੱਡ ਯਾ ਗੁੱਡ। ਸੋ ਯੂਜ ਇੰਸਟਾਗ੍ਰਾਮ, ਵਟਸਐਪ, ਲਾਈਕ ਨੋ ਫੇਸਬੁੱਕ, ਇੰਸਟਾਗ੍ਰਾਮ ਬੈਨ ਆਈ ਨੋ। ਸਾਡੀ ਰੇਲ ਗੱਡੀ ਚੱਲ ਗਈ ਬਈ, ਬਾਹਰ ਦਾ ਮਾਹੌਲ ਕਾਫੀ ਫਾਸਟ ਹੈ ਟ੍ਰੇਨ। ਉਰੇ ਟੀਟੀ ਖੁਦ ਬੈੱਡ ਬਣਾਉਂਦੀ ਆ ਕੇ, ਆਪਣੇ ਵਾਲਾ ਕੰਮ ਨਹੀਂ, ਰੋਹ ਮਾਰਦੇ ਆ। ਦੇਖੋ ਕਿੰਨੇ ਵਧੀਆ ਤਰੀਕੇ ਨਾਲ, ਕਿੰਨੀ ਜ਼ਿਆਦਾ ਵਧੀਆ ਸਰਵਿਸ ਹੈ। ਜੇ ਸਾਡੇ 2100 ਰੁਪਇਆ ਪੇ ਕੀਤਾ ਹੈ ਤਾਂ ਮੁੱਲ ਹੈ ਯਾਰ, ਮੁੱਲ ਮੁੜ ਰਿਹਾ। ਰਾਜੇ ਮਹਾਰਾਜਿਆਂ ਵਾਲੀ ਫੀਲਿੰਗ ਆ ਰਹੀ ਹੈ ਵੀ, ਉਰੇ ਪੈ ਗਿਆ ਤਾਂ ਲੱਗੇ ਨਹੀਂ ਰਹੇ, ਅਸੀਂ ਟ੍ਰੇਨ 'ਚ ਸਫ਼ਰ ਕਰ ਰਹੇ ਹਾਂ। ਘਰ ਹੀ ਹੈ ਇਹ ਤਾਂ ਇੱਕ ਤਰ੍ਹਾਂ ਦਾ ਬਈ, ਇਹਦਾ ਲਿਹਾਜ਼ ਤੋੜ ਗਿਆ ਯਾਰ, ਪਹਿਲਾਂ ਹੀ ਇਹਨੇ ਤਾਂ ਪਰਦੇ ਲਾ ਲਏ। ਲੋ ਵੀ ਚੱਲ ਗਈ ਰੇਲ ਗੱਡੀ ਅਗਲੇ ਸਫ਼ਰ ਨੂੰ, ਖਾਲੀ ਹੀ ਨੇ ਪਲੇਟਫਾਰਮ। ਹੇਠਲੀ ਸੀਟ ਥੋੜ੍ਹੀ ਮੋਰ ਕੰਫਰਟੇਬਲ ਹੈ, ਇੱਕ ਤਾਂ ਵਿਊ ਦਿਖਦਾ ਤੁਹਾਨੂੰ ਬਾਹਰ ਦਾ, ਦੂਜਾ ਉਰੇ ਆ ਵੀ ਗਲਾਸ ਹੋਲਡਰ ਲੱਗੇ ਹੋਏ ਨੇ, ਆਹ ਟੇਬਲ ਵੀ ਹੈ ਹੈ ਨਾ ਜੇ ਕੁਛ ਖਾਣਾ ਪੀਣਾ। ਲੋ ਵੀ ਮੈਂ ਆਪਦੀ ਸੀਟ 'ਤੇ ਆ ਗਿਆ, ਉਰੇ ਛੋਟੀ ਜਿਹੀ ਲਾਈਟ ਦਿੱਤੀ ਹੋਈ ਹੈ, ਅਤੇ ਨਾਲ ਹੀ ਚਾਰਜਿੰਗ ਹੋਲਡਰ ਹੈ, ਉਰੇ ਸ਼ੂ ਹੈ, ਉਰੇ ਸਮਾਨ ਰੱਖ ਸਕਦੇ ਹਾਂ। ਅਤੇ ਇਹਨਾਂ ਨੇ ਛੋਟੀ ਜਿਹੀ ਬੋਤਲ ਦਿੱਤੀ ਹੈ, ਅਤੇ ਮੇਰੇ ਪਿੱਛੇ ਹੀ ਸਮਾਨ ਟੰਗਣ ਨੂੰ ਆ ਦੋ ਹੋਲਡਰ ਨੇ। ਟ੍ਰੇਨ ਨੂੰ ਵੀ ਚਾਈਨਾ ਨੇ ਬਣਾਇਆ, ਆਹ ਚਾਈਨੀਜ਼ ਭਾਸ਼ਾ ਲਿਖੀ ਹੋਈ ਹੈ ਦੇਖੋ। ਤਾਂਹੀਓ ਜਾ ਰਿਹਾ ਮੈਂ ਚਾਈਨਾ ਨੂੰ, ਇੰਨੀ ਤਰੱਕੀ ਵਾਲੀ ਚੀਜ਼ਾਂ ਬਣਾਉਂਦੇ ਨੇ ਨਾ, ਉਹ ਦੇਖ ਕੇ ਆਊਂਗਾ ਫਿਰ ਆਪਾਂ ਇੰਡੀਆ ਸਟਾਰਟ ਕਰਾਂਗੇ। ਉਦੋਂ ਲੱਗਦਾ ਸੀ ਰਸ਼ੀਅਨ ਟ੍ਰੇਨ ਐਡਵਾਂਸ ਹੈ, ਅਤੇ ਇਹ ਤਾਂ ਹੋਰ ਵੀ ਜ਼ਿਆਦਾ ਘੈਂਟ ਲੱਗੀ ਹੈ ਨਾ। ਮੈਂ ਸਾਨੂੰ ਤਾਂ ਐਕਸਾਈਟਮੈਂਟ 'ਚ ਨੀਂਦ ਨਹੀਂ ਆ ਰਹੀ ਵੀ ਇੰਨੀ ਘੈਂਟ ਗੱਡੀ 'ਚ ਟਰੈਵਲ ਕਰ ਰਹੇ ਹਾਂ। ਭੁੱਖ ਲੱਗ ਗਈ ਤਾਂ ਸੈਂਡਵਿਚ ਕੱਢ ਲਿਆ, ਮਹਾਂ ਖਾ ਕੇ ਸੌਂ ਜਾਵਾਂਗੇ, ਹੋਰ ਤਾਂ ਕੋਈ ਆਪਸ਼ਨ ਨਹੀਂ। ਅਤੇ ਬਲੈਂਕਟ ਵੀ ਬਾਹਲੀ ਘੈਂਟ ਹੈ ਵੀ, ਇਹਨਾਂ ਦੀ ਪੂਰਾ ਗੂੜਾ ਰੰਗ ਜਿਹਾ ਸੀਟ ਦੇ ਨਾਲ ਦਾ ਹੀ। ਇਹ ਵੀ ਜ਼ਿੰਦਗੀ ਦੇ ਨਾ ਯਾਰ ਅਲੱਗ ਹੀ ਤਜਰਬੇ ਆ, ਟ੍ਰੇਨ 'ਚ ਸੈਂਡਵਿਚ ਖਾਣਾ ਹੈ ਨਾ, ਕਈ ਵਾਰੀ ਭੁੱਖੇ ਸੌਂ ਜਾਣਾ, ਅਤੇ ਇਹੀ ਅਸਲ 'ਚ ਟਰੈਵਲਿੰਗ ਹੈ ਜਿਹੜੀ ਬੰਦੇ ਨੂੰ ਸਿਖਾਉਂਦੀ ਹੈ ਵੀ ਕਿਧਰੇ ਵੀ ਬੰਦਾ ਸਰਵਾਈਵ ਕਰਨਾ ਪੈ ਜਾਂਦਾ। ਵਿੱਚ ਇਹਨਾਂ ਨੇ ਸਬਜ਼ੀਆਂ ਸੁਬਜ਼ੀਆਂ ਪਾਈਆਂ ਹੋਈਆਂ ਨੇ ਚੰਗੀਆਂ, ਦੇਖੋ ਬੀਨਸ ਵੀ ਪਾਏ ਹੋਏ, ਗਾਜਰਾਂ ਗੁਜਰਾਂ, ਅਤੇ ਚਿਕਨ ਵੀ ਹੈ ਸ਼ਾਇਦ। ਖਾ ਪੀ ਲਿਆ ਆਪਣਾ ਡਿਨਰ ਹੋ ਗਿਆ, ਅਤੇ ਆਪਾਂ ਸਵੇਰੇ ਪਹੁੰਚਾਂਗੇ ਹੁਣ ਲਾਓਸ ਦੇ ਨੇੜੇ, 9 ਖਾਈ
ਜਦੋਂ ਆਪਾਂ ਬਾਰਡਰ ਕ੍ਰੋਸ ਕਰਾਂਗੇ ਤਾਂ ਹੁਣ ਸੌਂ ਜਾਂਦਾ, ਬਾਏ ਗੁੱਡ ਨਾਈਟ, ਸਵੇਰੇ ਮਿਲਦੇ। ਲੋ ਵੀ ਸਵੇਰ ਦੇ 6 ਵੱਜ ਗਏ ਅਤੇ ਸਾਰੇ ਉੱਠ ਗਏ, ਤਾਂ 6:30 ਵਜੇ ਸਾਡਾ ਸਟੇਸ਼ਨ ਆ ਜਾਊ ਨੌਂ ਖਾਈ। ਲੋ ਵੀ ਉਰੇ ਵੀ ਆਪਣੇ ਬੈਂਡਰ ਫਿਰਦੇ ਰਹਿੰਦੇ ਰੇਡੀ ਵਾਲੇ। ਪਾਣੀ ਓਕੇ ਓਕੇ। 6:20 ਹੋ ਗਏ ਯਾਰ, ਆਪਾਂ ਪੀ ਰਹੇ ਹਾਂ ਕਾਫੀ, ਮੂੰਹ ਮੂੰਹ ਧੋਇਆ ਹੈ ਅਤੇ ਬਾਹਰ ਸੂਰਜ ਹਜੇ ਚੜ੍ਹਿਆ ਨਹੀਂ, ਲਾਈਟਾਂ ਜਿਹੀਆਂ ਲੱਗ ਰਹੀਆਂ ਨੇ। ਕੁਲਵਿੰਦਰ ਨੂੰ ਯਾਰ ਫੇਰ ਬੁਖਾਰ ਚੜ੍ਹ ਗਿਆ। ਲੋ ਵੀ ਸਮਾਨ ਚੱਕ ਲਿਆ, ਬਾਹਰ ਦੇਖਦੇ ਹੁਣ ਧਿਆਨ ਨਾਲ ਉਤਰ ਰਹੇ ਹਾਂ ਵੀ, ਨੀਮਾ ਹੀ ਹੈ ਸਟੇਸ਼ਨ। ਸਵੇਰ ਹੋ ਗਈ, ਸੂਰਜ ਹਜੇ ਚੜ੍ਹਿਆ ਨਹੀਂ, ਆਟੂ ਹੀ ਤੋੜ ਜੰਤਰ ਨੇ ਇਹਨੂੰ ਫੇਰ ਬੁਖਾਰ ਚੜ੍ਹਾ ਦਾ ਬਈ, ਇਹਨੂੰ ਚਾਈਨਾ ਤੋਂ ਤੈਨੂੰ ਇੰਡੀਆ ਕਰ ਦਾਂਗੇ, ਕੋਈ ਨਾ ਕੋਰੀਅਰ ਕਰ ਦਾਂਗੇ, ਹੋਰ ਕੋਈ ਆਪਸ਼ਨ ਨਹੀਂ। ਇੱਕ ਦੋ ਦਿਨ ਦੇਖਦੇ ਹਾਂ, ਜੇ ਠੀਕ ਹੁੰਦੇ ਠੀਕ, ਹੁਣ ਰੈਸਟ ਹੀ ਕਰਨੀ ਆਪਾਂ ਅੱਜ। ਬਹੁਤ ਸੋਹਣਾ ਸਟੇਸ਼ਨ ਹੈ ਬਈ, ਦੇਖੋ ਲਾਸਟ ਥਾਈਲੈਂਡ ਦਾ ਅੱਡਾ ਹੈ ਅਤੇ ਇਹ ਤੋਂ ਬਾਅਦ ਲਾਓਸ ਦੀ ਜਿਹੜੀ ਰਾਜਧਾਨੀ ਬੈਂਸ਼ਨ ਨੇੜੀ ਹੈ। ਆਹ ਛੋਟਾ ਜਿਹਾ ਮਾਰਟ ਹੈ ਉਰੇ, ਨਿਹਾਓ ਵੀ ਉਰੇ ਸਾਰੇ ਚੀਨੀ ਬੰਦੇ ਆ ਨਾ, ਜ਼ਿਆਦਾਤਰ ਚੀਨ ਜਾਂਦੇ ਆ ਇੱਥੋਂ। ਆਹ ਕੋਚ ਫਸਟ ਕਲਾਸ ਵਾਲਾ ਲੱਗ ਰਿਹਾ, ਇਹਦੇ ਵਿੱਚ ਫੁੱਲ ਫਲ ਲਾਏ ਹੋਏ ਨੇ ਦੇਖੋ ਪੂਰੇ। ਘੈਂਟ ਜਿਹੜੀ ਰੇਲ ਗੱਡੀ 'ਚ ਕੌਫੀ ਮਿਲੀ ਹੈ ਵੀ, ਗਲਾਸ 'ਤੇ ਦੇਖੋ ਰੇਲ ਗੱਡੀ ਛਾਪੀ ਹੋਈ ਹੈ, ਘੈਂਟ ਪੂਰੀ। ਆਹ ਕੈਫੇ 'ਚ ਦੇਖਦਾ ਯਾਰ ਕੋਈ ਜੂਸ ਜਾਸ ਮਿਲ ਜਾਵੇ ਕੁਲਵਿੰਦਰ ਵਾਸਤੇ, ਕੌਫੀ ਤਾਂ ਉਹ ਪੀਂਦਾ ਨਹੀਂ। ਮਾਹੌਰੇਂਜ ਜੂਸ ਲੈ ਲੈਂਦੇ ਹਾਂ ਬਿਨਾਂ ਆਈਸ ਤੋਂ, ਇਹਦਾ ਵੀ ਜੂਸੇ ਮੁੱਕ ਗਏ ਸਾਰੇ ਯਾਰ, ਕਿਸਮਤ ਜਦੋਂ ਹੋਵੇ ਨਾ ਖਰਾਬ ਸਾਰਾ ਕੁਛ ਹੀ ਖਰਾਬ ਹੁੰਦਾ। ਦੇਖੋ ਵੀ ਗੋਰੀਆਂ ਵੀ ਇੱਧਰ ਆਉਂਦੀਆਂ ਨੇ, ਸ਼ਾਇਦ ਲਾਓਸ ਜਾਣਗੀਆਂ ਬੀਬੀਆਂ। ਆਹ ਬੈਠਣ ਵਾਲੇ ਬੈਂਚ ਜੇ ਬੜੇ ਘੈਂਟ ਲੱਗੇ ਮੈਨੂੰ, ਲੱਕੜ ਜੇ ਦੇ, ਜਿਵੇਂ ਆਪਣੇ ਤਖ਼ਤ ਪੋਸ਼ ਸਟੋਰ 'ਚ ਆਇਆ ਵੀ, ਮੈਂ ਸਟੋਰ 'ਚੋਂ ਹੀ ਲੈ ਜਾਂਦਾ ਜੂਸ, ਹੋਰ ਨਹੀਂ। ਭਾਣ ਦੇ ਦੀ ਬੀਬੀ ਨੂੰ ਖਮਨ ਖਾ, ਟ੍ਰੇਨ ਚੱਲ ਵੀ ਸਾਨੂੰ ਉਤਾਰ ਕੇ, ਇਹ ਅੱਗੇ ਵੀ ਜਾਂਦੀ ਯਾਰ ਥੋੜ੍ਹੀ, ਹੁਣ ਤਾਂ ਐਂ ਸੀ ਵੀ ਉਰੇ ਤੱਕ ਹੀ ਵਾਪਸ ਹੋ ਜੂਗੀ ਇੱਥੋਂ, ਕਿਉਂਕਿ ਲਾਸਟ ਸਟੇਸ਼ਨ ਹੈ। ਇੱਧਰ ਸਾਰੇ ਵੀ ਟ੍ਰੇਡ ਵਾਲੇ ਪਏ ਨੇ ਨਾ, ਕੰਟੇਨਰ ਵੱਡੇ ਵੱਡੇ। ਇੱਥੋਂ ਲਾਓਸ ਥਾਈਲੈਂਡ ਦਾ ਬਾਰਡਰ ਵੀ 2.5 ਕਿਲੋਮੀਟਰ, ਇੱਥੋਂ ਤੁਹਾਨੂੰ ਟੁੱਕ ਟੁੱਕ ਮਿਲ ਜੂਗੀ। ਬਈ 100 ਬਾਅਦ 'ਚ ਮੰਨ ਗਿਆ ਬਈ, ਇਹਦੀ ਟੁੱਕ ਟੁੱਕ ਦੇਖੋ ਕਿੰਨੀ ਘੈਂਟ ਹੈ, ਮੋਟਰਸਾਈਕਲ ਦੇਖੋ, ਗੁੱਡ ਗੁੱਡ। ਸਮਾਨ ਅਸੀਂ ਲੱਦ ਦਾ ਦੋ ਜਣਿਆਂ ਵਾਸਤੇ, ਪ੍ਰਾਈਵੇਟ ਟੁੱਕ ਟੁੱਕ ਹੈ, ਚੱਲ ਪਿਆ ਬਈ। ਠੰਡ ਲੱਗ ਰਹੀ ਹੈ ਯਾਰ, ਠੰਡ ਹੈ ਦੇਖੋ ਬਈ, ਹੋਰ ਵੀ ਜਾ ਰਹੇ ਨੇ ਕਾਫੀ, ਚੀਨੇ ਚੂਨੇ ਜਾ ਰਹੇ ਆ ਸਾਰੇ। ਲੋ ਵੀ ਆਪਾਂ ਪਹੁੰਚ ਗਏ ਬਾਰਡਰ ਪੋਸਟ 'ਤੇ ਆਲਮੋਸਟ, ਇਹ ਇੱਥੇ ਤੱਕ ਬਾਹਰੋਂ ਅੱਗੇ ਕਿਹਦਾ ਲੈ ਕੇ ਜਾ ਕਹਿੰਦੇ। ਵੈਲਕਮ ਟੂ ਥਾਈਲੈਂਡ, ਇਹ ਤੋਂ ਪਹਿਲਾਂ ਥਾਈਲੈਂਡ ਹੈ ਬਈ, ਅਤੇ ਆਪਾਂ ਬਾਰਡਰ 'ਤੇ ਪਹੁੰਚ ਗਏ, ਹੁਣ ਐਂਟਰ ਕਰਦੇ ਹਾਂ ਅੱਗੇ। ਸਮਾਨ ਚੱਕ ਕੇ ਗੋਰੇ ਗੋਰੇ ਕਾਫੀ ਆ ਰਿਹਾ ਸਾਡੇ ਨਾਲ, ਉਹ ਦੇਖੋ ਥਾਈਲੈਂਡ ਦਾ ਝੰਡਾ ਲੱਗਿਆ। ਅਤੇ ਅੱਜ ਸਾਡੇ ਕੋਲ ਕੋਈ ਨਹੀਂ, ਅਸੀਂ ਸਿੱਧਾ ਕਹਿਣਾ ਬਈ ਅਸੀਂ ਚਾਈਨਾ ਜਾਣਾ ਅੱਗੇ, ਨਾ ਕੋਈ ਜਹਾਜ਼ ਦੀ ਟਿਕਟ, ਕੁਛ ਨਹੀਂ। ਦੇਖਦੇ ਹਾਂ ਥਾਈਲੈਂਡ ਵਾਲੀ ਇਮੀਗ੍ਰੇਸ਼ਨ ਕੀ ਕਹਿੰਦੀ ਹੈ। ਉਹ ਦੇਖੋ ਸਾਰੀਆਂ ਕਾਰਾਂ ਕੂਰਾਂ ਜਿਹੀਆਂ ਵੀ ਜਾਂਦੀਆਂ ਨੇ ਵੀ ਬੱਸਾਂ। ਥਾਈਲੈਂਡ ਦੀ ਸੈਕਿੰਡ ਕਲਾਸ ਟ੍ਰੇਨ 'ਚ ਸਫ਼ਰ ਕੀਤਾ, ਇਹ 'ਚ 4 ਸੀਟਾਂ ਹੁੰਦੀਆਂ ਨੇ, ਇੰਡੀਆ ਵਾਲੀ 'ਚ 6 ਹੁੰਦੀਆਂ ਨੇ ਬਈ। ਲੋ ਵੀ ਚਾਈਨਾ ਚੂਨ ਵਾਲੇ ਸਾਰੇ ਜਾ ਰਹੇ ਆ, ਸੂਰਜ ਵੀ ਚੜ੍ਹ ਗਿਆ ਬਈ। ਇਹ ਥਾਈਲੈਂਡ ਵਾਲੇ ਕਹਿ ਰਹੇ ਤੁਸੀਂ ਲਾਓਸ ਜਾ ਨਹੀਂ ਸਕਦੇ, ਬਾਈ ਲੈਂਡ ਬਾਰਡਰ ਕਹਿੰਦੇ ਇੰਡੀਆ ਨਾ, ਹੁਣ ਪਤਾ ਨਹੀਂ ਕੀ ਚੱਕਰ ਹੈ ਯਾਰ, ਸਾਰੇ ਤਾਂ ਜਾਂਦੇ ਆ ਇੱਥੋਂ, ਇੰਨੇ ਮੈਂ ਦੇਖਿਆ ਲੋਕ ਗਏ ਆ, ਆਰਟੀਕਲ ਵੀ ਪੜ੍ਹੇ ਆ, ਵੀਡੀਓਜ਼ ਵੀ ਦੇਖੀਆਂ ਨੇ। ਇਹ ਬਾਰਡਰ ਤੋਂ ਵੀ ਦੁਨੀਆ ਲੰਘ ਗਈ। ਥਾਈਲੈਂਡ ਮੇਰੇ ਲਈ ਹਮੇਸ਼ਾ ਬਕਵਾਸ ਕੰਟਰੀ ਰਹੀ ਹੈ, ਅੱਜ ਵੀ ਅਸੀਂ ਥਾਈਲੈਂਡ ਛੱਡ ਕੇ ਜਾ ਰਹੇ, ਇਹਨਾਂ ਨੇ ਰੋਕ ਰਿਹਾ ਕਿ ਤੁਸੀਂ ਲਾਓਸ ਬਾਈ ਲੈਂਡ ਬਾਰਡਰ ਨਹੀਂ ਜਾ ਸਕਦੇ, ਵੀ ਬਾਏ ਫਲਾਈਟ ਲੈ ਕੇ ਜਾਓ। 2100 ਦੀ ਅਸੀਂ ਰੇਲ ਗੱਡੀ ਲੈ ਕੇ ਆਏ ਹਾਂ, 4000 ਦੀ ਫਲਾਈਟ ਸੀ, ਅਸੀਂ ਐਂ ਸੀ ਵੀ ਬਾਈ ਲੈਂਡ ਬਾਰਡਰ ਐਕਸਪੀਰੀਅੰਸ ਸ਼ੇਅਰ ਕਰਾਂਗੇ। ਫਾਈਨਲੀ ਵੀ ਇਹਨਾਂ ਨੇ ਐਗਜ਼ਿਟ ਵਾਲੀ ਸਟੈਂਪ ਲਾਤੀ ਹੈ, ਅਤੇ ਇੱਥੋਂ ਜਿਹੜਾ ਲਾਓਸ ਦਾ ਇਮੀਗ੍ਰੇਸ਼ਨ ਹੈ ਲਗਭਗ 6 ਕਿਲੋਮੀਟਰ ਹੈ, ਤਾਂ ਇੱਥੋਂ ਬੱਸ ਲੈਣੀ ਪੈਂਦੀ ਹੈ ਬਈ।
ਤਾਂ ਇੱਧਰੋਂ ਟਿਕਟ ਮਿਲਦੀ ਹੈ ਥਾਈਲੈਂਡ ਤੋਂ ਐਗਜ਼ਿਟ ਕਰਨ ਸਾਰ 35 ਬਾਤ ਦੀ ਵੀ ਬੱਸ ਦੀ ਟਿਕਟ ਹੈ ਇੱਕ ਬੰਦੇ ਦੀ ਅਤੇ 8:30 ਵਜੇ ਚੱਲਦੀ ਹੈ ਖਫਨ ਖਾ ਟਿਕਟ ਲੈ ਲਈ ਆਪਾਂ ਨੇ 2000 ਬੱਸ ਅਜੇ ਆਈ ਨਹੀਂ ਉੱਦਾਂ ਤਾਂ 30 ਬਾਤ ਹੀ ਲੱਗਦੇ ਇੱਕ ਬੰਦੇ ਦੇ ਪਰ ਇਹ ਓਵਰ ਟਾਈਮ ਹੈ ਮੈਂ 5 ਬਾਤ ਐਕਸਟਰਾ ਲਏ ਨੇ ਕਿਉਂਕਿ ਇਹ 8:30 ਵਜੇ ਤੋਂ ਸਟਾਰਟ ਕਰਦੇ ਆ ਬੱਸ ਸਰਵਿਸ ਦੇਖੋ ਲੈਣ ਕਿੰਨੀ ਲੱਗੀ ਹੋਈ ਹੈ ਬਈ ਕੁਲਵਿੰਦਰ ਦਾ ਪਾਸਪੋਰਟ ਨਵਾਂ ਹੈ ਤਾਂ ਇਹ 'ਤੇ ਸਟੈਂਪ ਵੀ ਬਾਹਲੀ ਘੈਂਟ ਮੈਂ ਪੂਰੀ ਨਿਖਰ ਕੇ ਆਉਂਦੀ ਹੈ ਹੈ ਨਾ ਪਿੱਛੇ ਵੀ ਥਾਈਲੈਂਡ ਰਹਿ ਗਿਆ ਇਹਨਾਂ ਦੇ ਇਹ ਸਕਿਉਰਿਟੀ ਚੈੱਕ ਵਾਲਾ ਇੱਧਰ ਇਹਨਾਂ ਦੀ ਬਾਰਡਰ ਫਰੀ ਜਾਣਾ ਇਹ ਬੱਸ ਹੈ ਦੇਖੋ ਲੈਣ ਕਿੰਨੀ ਲੰਬੀ ਹੈ ਬੱਸ 'ਚ ਬੈਠ ਕੇ ਬਈ ਪੰਜਾਬੀ 'ਚ ਮਤਲਬ ਠੀਕ ਹੈ ਬੱਸ ਵਧੀਆ ਜਰਨੀ ਹੈ ਖੁੱਲ੍ਹੇ ਜਿਹੇ ਸ਼ੀਸ਼ਿਆਂ ਵਾਲੀ ਜਿਵੇਂ ਆਪਣੀ ਰੋਡਵੇਜ਼ ਦੀ ਬੱਸ ਹੈ ਸਮਝ ਲਓ ਬਾਰਡਰ ਵਾਲੀ ਰੋਡਵੇਜ਼ ਹੈ ਆਹ ਨਹਿਰ ਹੈ ਵੀ ਮੈਕੋਂਗ ਰਿਵਰ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਪਿਛਲੇ ਵਲੌਗਾਂ 'ਚ ਜਿਹੜੀ ਕਿ ਚਾਈਨਾ ਤੋਂ ਆਉਂਦੀ ਹੈ ਬਈ ਬਹੁਤ ਵੱਡੀ ਹੈ ਆਹ ਝੰਡੇ ਲੱਗੇ ਹੋਏ ਆ ਸਾਰੇ ਥਾਈਲੈਂਡ ਦੇ ਅੱਜ ਮੌਸਮ ਬੜਾ ਘੈਂਟ ਹੈ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਵਾਓ ਇਹ ਰੋਡ ਵੀ ਬਹੁਤ ਸੋਹਣਾ ਹੈ ਯਾਰ ਜਿੰਨਾ ਵੀ ਹੈ ਇੱਧਰ ਇਹਨਾਂ ਦਾ ਕਸਬਾ ਹੈ ਕੋਈ ਪਿੰਡ ਜਿਹਾ ਟਾਈਪ ਗੱਲਬਾਤ ਹੈ ਲੋਸ ਵਾਲਿਆਂ ਦਾ ਬਈ ਇਮੀਗ੍ਰੇਸ਼ਨ ਬਾਹਲਾ ਘੈਂਟ ਹੈ ਯਾਰ ਦੇਖੋ ਪੂਰੀ ਚੀਨ ਵਾਲੀ ਫੀਲਿੰਗ ਆ ਰਹੀ ਹੈ ਜਿਵੇਂ ਚੀਨ ਵਾਲਿਆਂ ਨੇ ਹੀ ਬਣਾਇਆ ਹੋਵੇ ਉਵੇਂ ਜਿਹਦਾ ਹੀ ਹੈ ਆਹ ਝੰਡੇ ਲੱਗੇ ਹੋਏ ਆ ਵੀ ਸਾਰੇ ਤਾਂ ਆਪਾਂ ਦੇਖਦੇ ਹਾਂ ਔਰ ਵੀਜ਼ਾ ਔਨ ਅਰਾਈਵਲ ਵੀਜ਼ਾ ਇਹਨਾਂ ਦਾ ਸਟੀਕਰ ਵੀਜ਼ਾ ਲਾਉਂਦੇ ਆ ਦੂਜੇ ਪਾਸੇ ਜਾਣ ਵਾਲੀ ਸੰਗਤ ਪਹਿਲਾਂ ਖੜੀ ਆ ਅਸੀਂ ਉੱਤਰੇ ਪਿੱਛੋਂ ਐਂ ਲੱਗੇ ਦੇਖੋ ਪਹਿਲਾਂ ਤਾਂ ਠੰਡ ਲੱਗ ਰਹੀ ਸੀ ਯਾਰ ਹੁਣ ਥੋੜ੍ਹਾ ਜਿਹਾ ਸੂਰਜ ਨਿਕਲ ਗਿਆ ਵਧੀਆ ਫੀਲ ਹੋ ਰਿਹਾ ਇੱਕ ਨਾ ਯਾਰ ਇਹ ਥਾਈਲੈਂਡ ਵਾਲੇ ਵੀ ਰੇਲ ਗੱਡੀ 'ਚ ਲਾਈਟ ਨਹੀਂ ਬੰਦ ਕਰਦੇ ਬਾਕੀ ਸਾਰੇ ਦੇਸ਼ਾਂ 'ਚ ਕਰਦੇ ਆ ਤਾਂ ਮੈਨੂੰ ਨੀਂਦ 11:30 ਵਜੇ ਆਈ ਸੀ ਤਾਂ ਬਾਲ ਜੇ ਖਿਲ ਰਹੇ ਸੀ ਇਮੀਗ੍ਰੇਸ਼ਨ ਵਾਲੇ ਥੋੜ੍ਹੇ ਤਾਂ ਵੀ ਕਰ ਰਹੇ ਸੀ ਆਹ ਸਾਹਮਣੇ ਵੀਜ਼ਾ ਔਨ ਅਰਾਈਵਲ ਵਾਲਾ ਬਈ ਕਮਰਾ ਜਿਹਾ ਇਹਨਾਂ ਨੇ ਵੀਜ਼ਾ ਔਨ ਅਰਾਈਵਲ ਦਾ ਫੋਰਮ ਦਿੱਤਾ ਅਤੇ ਇੱਕ ਡਿਪਾਰਚਰ ਵਾਲਾ ਫੋਰਮ ਦਿੱਤਾ ਇਹ ਸਾਂਭ ਕੇ ਰੱਖਣਾ ਜਦੋਂ ਵੀ ਲੈਂਡ ਬਾਰਡਰ ਕ੍ਰੋਸ ਕਰਨਾ ਫੋਟੋ ਜ਼ਰੂਰ ਰੱਖਣੀ ਹੈ ਜਦੋਂ ਵੀ ਵੀਜ਼ਾ ਲੈਣਾ ਫੋਟੋ ਜ਼ਰੂਰ ਮੰਗਦੇ ਆ ਫਾਈਨਲੀ ਵੀ ਲੋਸ ਦਾ ਵੀਜ਼ਾ ਆਪਣੇ ਪਾਸਪੋਰਟ 'ਤੇ ਲੱਗ ਚੁੱਕਿਆ ਅਤੇ ਇਹਦੇ ਪੇ ਕੀਤੇ ਨੇ $40 ਤਾਂ ਅਸੀਂ ਵੀ ਡੋਲਰਾਂ 'ਚ ਪੇ ਕੀਤੇ ਆ ਜੇ 62 'ਚ 1862 ਮੰਗਦੇ ਆ ਜਿਹੜਾ ਕਿ ₹4500 ਬਣਦਾ ਡੋਲਰਾਂ 'ਚ $40 $3300 ਬਣਦਾ ਇਹਨਾਂ ਦੇ ਇਮੀਗ੍ਰੇਸ਼ਨ ਵਾਲੇ ਆ ਵੀ ਜਿਵੇਂ ਬੇਰਕ ਵਾਲੇ ਬੂਥ ਹੁੰਦੇ ਆ ਹੀ ਹੈ ਕੰਮ ਬਸ ਵੈਲਕਮ ਟੂ ਲੋਸ ਵੀ ਬੀਮੇ ਦੇਸ਼ 'ਚ ਸਵਾਗਤ ਹੈ ਆਹੋ ਇਹ ਸਾਰਾ ਬਈ ਟੈਕਸੀ ਟੁਕਸੀ ਵਾਲੇ ਮੰਗ ਰਹੇ ਔਰ ਇਹ ਸਿਮ ਕਾਰਡ ਵੀ ਤੁਹਾਨੂੰ ਮਿਲ ਜੂਗੀ ਆਹ ਟੈਕਸੀ ਵਾਲੇ ਵੀ 300 ਬਾਤ ਮੰਗ ਰਹੇ ਆ ਪਰ 200 ਬਾਤ 'ਚ ਜਾਂਦੇ ਆ ਨੋਰਮਲੀ ਅਤੇ ਇੱਧਰ ਲਾਓ ਟੈਲੀਕਾਮ ਦਾ ਵੀ ਸਿਮ ਵਾਲਾ ਕਾਊਂਟਰ ਹੈ ਜਿਹਨੇ ਵੀ ਸਿਮ ਲੈਣੀ ਹੈ ਦੇਖੋ ਇੱਥੇ ਸਿਮ ਮਿਲ ਜਾਂਦੀ ਹੈ ਹੈਲੋ ਸਾਦਿਕਾ ਸਿਮ ਕਾਰਡ ਪਲਾਨ ਆਹ ਪਲਾਨ ਲੈ ਕੇ ਵੀ 5 GB 3 ਦਿਨਾਂ ਵਾਸਤੇ 100 ਵਾਤ 'ਚ ਹੈ ਅਤੇ 15 GB 150 ਵਾਤ 'ਚ ਹੈ 7 ਦਿਨਾਂ ਵਾਸਤੇ ਵੀ ਸਿਮ ਉਰੇ ਸਸਤਾ ਹੈ ਲਓ ਵੀ ਮੈਂ ਆਹ ਪਲਾਨ ਲਿਆ 25 GB ਵਾਲਾ 200 ਵਾਤ ਦਾ 10 ਦਿਨਾਂ ਵਾਸਤੇ ਕਿਉਂਕਿ ਮੈਨੂੰ ਨੈੱਟ ਜ਼ਿਆਦਾ ਚਾਹੀਦਾ ਬਹੁਤ ਸਸਤਾ ਯਾਰ 500 'ਚ ਹੈ ਨਾ ਜਿਹੜੇ ਲੋਸ ਦੇ ਨਾ ਮਤਲਬ ਇਮੀਗ੍ਰੇਸ਼ਨ ਵਾਲੇ ਅਫਸਰ ਵੀ ਸੀ ਬਹੁਤ ਜ਼ਿਆਦਾ ਵੈਲਕਮਿੰਗ ਨੇ ਹੈ ਨਾ ਬਹੁਤ ਨਿੱਘਾ ਸਵਾਗਤ ਕੀਤਾ ਈਵਨ ਹੱਸ ਰਹੇ ਸੀ ਕਿਉਂਕਿ ਸਾਡੇ ਕੋਲ ਜਿਹੜੇ ਡਾਲਰ ਦੇ ਨੋਟ ਸੀ ਉਹ ਮੈਂ ਜਮ੍ਹਾਂ ਫਰੈਸ਼ ਸੀ ਥੋੜ੍ਹਾ ਜਿਹਾ ਫਟਿਆ ਸੀ ਮੈਂ ਸਾਰੀ ਦੇ ਤੇ ਮੈਂ ਜਿਹੜੇ ਸਿਲੈਕਟ ਕਰਨੇ ਇਹ 'ਚੋਂ ਕੱਢ ਲਿਆ $100 ਸਾਡੇ ਦੋਵਾਂ ਦੇ $80 ਬਣਦੇ ਜੀ ਆਹ ਕਿੰਨੇ ਵਧੀਆ ਲੋਕ ਨੇ ਹੱਸਮੁੱਖ ਫਾਈਨਲੀ ਥਾਈਲੈਂਡ ਵਾਲੀ ਸਿਮ ਆਪਾਂ ਕੱਢਤੀ ਇਹ ਟੂਰਿਸਟ ਸਿਮ ਹੈ ਅਤੇ ਭਾਸ਼ਾ ਲਿਖੀ ਹੋਈ ਹੈ ਮੈਨੂੰ ਲੱਗਦਾ ਚੀਨੀ ਭਾਸ਼ਾ ਹੀ ਲਿਖੀ ਹੋਈ ਹੈ ਚੀਨੀ ਭਾਸ਼ਾ ਇਹਨਾਂ ਦੀ ਕਰੰਸੀ ਵੀ ਬਾਹਲੀ ਡਾਊਨ ਹੈ ਜਿਵੇਂ ਭਾਰਤੀ ਰੁਪਏ ਬੰਗਲਾਦੇਸ਼ 'ਚ ਚੱਲਦੇ ਆ ਵੀ ਥਾਈਲੈਂਡ ਵਾਲੀ ਕਰੰਸੀ ਉਹਨਾਂ ਚੱਲਦੀ ਵੀ ਪੂਰੀ ਬਾਕੀ ਉਰੇ ਸਾਹਮਣੇ ਲਾਓ ਟੈਲੀਕਾਮ ਦਾ ਵੀ ਆਫਿਸ ਵੀ ਅਫੀਸ਼ੀਅਲ ਉਰੇ ਦੇਖਦਾ ਵੀ ਸਿਮ ਉਰੇ ਸਸਤੀ ਹੈ ਕਿਉਂਕਿ ਮੈਂ ਤਾਂ ਬਾਹਰਲੇ ਕਾਊਂਟਰ ਤੋਂ ਲਈ ਹੈ ਬਈ ਉਰੇ 160 ਬਾਤ ਦੀ ਹੈ ਇਹਦੇ ਅਫੀਸ਼ੀਅਲ ਸਟੋਰ 'ਚ ਉਹਨਾਂ ਨੇ 40 ਬਾਤ ਵੱਧ ਲੈ ਲਿਓ ਅਜੇ ਆਪਦੇ 40 ਬਾਤ ਬਚਾਉਣੇ ਆ ਵੀ 90 ਰੁਪਏ ਤਾਂ ਇੱਥੋਂ ਲੈ ਲਈਓ ਸਿਮ ਇਹ ਬਾਹਰ ਜਿਵੇਂ ਆਪਣੇ ਬਿਠਾਏ ਹੁੰਦੇ ਆ ਕੰਪਨੀ ਵਾਲੇ ਉਹ ਕੰਮ ਸੀ ਇੱਥੇ ਵੀ ਸਾਰੀ ਮਾਰਕੀਟ ਹੈ ਉੱਧਰ ਡਿਊਟੀ ਫਰੀ ਸ਼ੋਪ ਹੈ ਚਾਈਨੀਜ਼ ਇੱਧਰ ਸਟੋਰ ਜੇ ਨੇ ਮੈਂ ਕਰੰਸੀ ਐਕਸਚੇਂਜ ਵਾਲਾ ਲੱਭ ਰਿਹਾ ਯਾਰ ਜੇ ਮਿਲ ਜੇ ਮੇਰੇ ਕੋਲ ਲਗਭਗ 3000 ਬਾਤ ਪਏ ਆ ਵੀ ਮੈਂ ਕਨਵਰਟ ਕਰਵਾ ਲੂੰਗਾ ਇੱਥੇ ਵੀ ATM ਵੀ ਲੱਗਿਆ
ਬਾਕੀ ਕਰੰਸੀ ਐਕਸਚੇਂਜ ਵੀ ਇਹ ਦੇਖਦੇ ਹਾਂ ਕੀ ਰੇਟ ਦੇਣਗੇ। ਗੂਗਲ 'ਤੇ ਇੱਕ ਥਾਈ ਬਾਤ ਦਾ ਰੇਟ ਹੈ ਵੀ 578 ਅਤੇ ਇਹ ਦੇ ਰਿਹਾ 648, ਹਿਸਾਬ ਲਾ ਲਓ ਵੀ ਇਹਨਾਂ ਦੀ ਕਰੰਸੀ ਕਿੰਨੀ ਡਾਊਨ ਹੈ। ਗੂਗਲ ਦੇ ਹਿਸਾਬ ਨਾਲ ਬਈ 21 ਲੱਖ ਰੁਪਈਏ ਬਣਦੇ ਸੀ ਅਤੇ ਇਹਨਾਂ ਨੇ ਦਿੱਤੇ ਮੈਨੂੰ 23,25,000 ਰੁਪਈਆ। ਆਹ ਕਰੰਸੀ ਹੈ ਵੀ ਇੰਨੇ ਨੋਟ ਆ ਗਏ ਦੇਖੋ, ਦਿੱਤੇ ਮੈਂ ਉਹਨੂੰ ਥੋੜ੍ਹੇ ਜਿਹੇ ਲੱਖ ਲੱਖ ਦਾ ਨੋਟ ਹੈ, 1,000-1,000 ਦਾ। ਬਾਕੀ ਵੀ ਉਰੇ ਸਾਰਾ ਸਮਾਨ ਹੈ, ਆਹ ਬੀਅਰ ਹੈ ਇੱਥੋਂ ਦੀ ਲੌਂਗ, ਅਲੱਗ ਅਲੱਗ ਹੈ ਨਾ, ਬੀਅਰ ਲਾਓ। ਬੀਅਰ ਦਾ ਵੀ ਉਰੇ ਕਾਫੀ ਕਲਚਰ ਹੈ ਦੇਖੋ, ਸਾਰੀਆਂ ਬੀਅਰਾਂ ਬੀਅਰਾਂ ਹੀ ਪਈਆਂ ਨੇ, ਦਾਰੂ ਪਈ ਹੈ ਹੈ ਨਾ। ₹200 ਬਾਅਦ 2 ਲੱਖ ਕੀਪ ਕਹਿ ਰਹੇ, ਕਿੰਨੇ ਹੋ ਗਏ 2 ਲੱਖ ਕੀਪ। ਲਓ ਵੀ ਅਸੀਂ 200 ਬਾਅਦ 'ਚ ਮਨਾ ਲਿਆ ਇਹ ਬੰਦਾ, ਘਰ ਘੁਰ ਜੇ ਉਰੇ ਬੜੇ ਘੈਂਟ ਨੇ ਬਾਰਡਰ 'ਤੇ ਟੈਕਸੀ ਲਈ। ਟੈਕਸੀ ਸਟੈਂਡ ਜੇ 'ਚ ਲਿਆ ਪੱਟੂ ਹੋਰ ਸਾਈਡ ਜੀ 'ਤੇ ਅੱਗੇ ਜਾ ਕੇ, ਤਾਂ ਉਰੇ ਆਹ ਵੀ ਚੱਲਦੇ ਫਿੱਟ ਰੇੜੇ ਇਹਨਾਂ ਦੀ ਭਾਸ਼ਾ 'ਚ। ਹੰਡਾਈ ਦੀਆਂ ਗੱਡੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਸਾਨੂੰ। ਬਾਈ ਦੀ ਗੱਡੀ ਹੈ ਵੀ ਅਲਾਂਤਰਾ ਹੰਡਾਈ ਦੀ, ਘੈਂਟ ਹੈ। ਇੱਥੇ ਵੀ ਲੈਫਟ ਸਾਈਡ ਡਰਾਈਵ ਹੈ, ਥਾਈਲੈਂਡ 'ਚ ਤਾਂ ਸੱਜੇ ਪਾਸੇ ਸੀ ਦੇਖੋ, ਮੈਂ ਉੱਧਰ ਬਹਿ ਗਿਆ ਸੀ ਪਹਿਲਾਂ ਜਾ ਕੇ। ਗੱਡੀ ਕੰਫਰਟੇਬਲ ਹੈ ਨਾ ਓਏ। ਲਾਓਸ ਦਾ ਪਹਿਲਾ ਇੰਪ੍ਰੈਸ਼ਨ ਦੇਖ ਲਓ, ਸੁੰਨੇ ਜਿਹੇ ਰੋਡ ਨੇ ਯਾਰ। ਟਰੱਕ ਜੇ ਵੀ ਦੇਖੋ ਪੁਰਾਣੇ ਲੈਵਲ ਦੇ ਦੇਖਣ ਨੂੰ ਮਿਲ ਰਹੇ ਆ। ਵਧੀਆ ਮਾਹੌਲ ਹੈ ਯਾਰ, ਘੈਂਟ ਦੇਸ਼ ਹੈ, ਸਵਾਦ ਆ ਰਿਹਾ। ਪੈਟਰੋਲ ਪੰਪ ਜਿਹੜਾ ਪੀਲੇ ਪੀਲੇ ਤਾਂ ਦੂਰੋਂ ਦਿਖ ਜਾਂਦੇ ਆ, ਉਰੇ ਵੀ ਪਿੱਕੇ ਜੇ ਕਾਫੀ ਚੱਲਦੇ ਆ। ਵੈਸੇ ਬਾਰਡਰ ਤੋਂ ਬੱਸ ਵੀ ਆਉਂਦੀ ਹੈ ਵੀ ਮੇਨ ਸਿਟੀ ਤੱਕ, ਅਤੇ ਪਰ ਉਹ 'ਚ ਟਾਈਮ ਜ਼ਿਆਦਾ ਲੱਗਦਾ, ਸਾਨੂੰ ਵੇਟ ਕਰਨਾ ਪੈਂਦਾ, ਉਹ 'ਚ ਪੈਸੇ ਬੜੇ ਘੱਟ ਲੱਗਦੇ ਬਈ। ਤਾਂ ਇਹ ਆਪਦਾ ਪ੍ਰਾਈਵੇਟ ਕੰਫਰਟ ਹੈ, ਬਸ ਇੰਨਾ ਕੀ ਫਰਕ ਹੈ। 6.5 ਕਿਲੋਮੀਟਰ ਰਹਿ ਗਿਆ ਹੋਸਟਲ, 14 ਮਿੰਟ ਲੱਗਣਗੇ ਬਈ। ਮੇਨ ਰਾਜਧਾਨੀ 'ਚ ਆ ਗਏ ਬਈ, ਬਿਲਕੁਲ ਸਨਾਟਾ, ਨਾ ਕੋਈ ਟ੍ਰੈਫਿਕ ਹੈ। ਮੋਸਟਲੀ ਜਿਹੜੇ ਵੱਡੇ ਸ਼ਹਿਰ ਹੁੰਦੇ ਆ ਰਾਜਧਾਨੀ, ਉਹਨਾਂ 'ਚ ਤਾਂ ਬੜੀ ਟ੍ਰੈਫਿਕ ਜਾਮ ਹੁੰਦੇ ਆ। ਥੈਂਕ ਯੂ। ਉਰੇ ਬੈਗ ਪੈਕਰਸ ਬਹੁਤ ਆਉਂਦੇ ਆ, ਤਾਂ ਵੀਰੇ ਉਰੇ ਹੋਸਟਲ ਬਹੁਤ ਜ਼ਿਆਦਾ ਨੇ। ਆਪਣਾ ਇਹ ਹੋਸਟਲ ਹੈ ਲੱਕੀ ਬੈਗ ਪੈਕਰਸ, ਆਪਣਾ ਤਾਂ ਰੂਮ ਹੈ ਇਹਦੇ ਵਿੱਚ। 11:15 ਹੋਏ ਆ ਚੈੱਕ ਇਨ ਦਾ ਟਾਈਮ, 12 ਵਜੇ ਦਾ ਤਾਂ ਰੂਮ ਵੀ ਖਾਲੀ ਨਹੀਂ, ਅਤੇ ਚੈੱਕਆਊਟ ਦਾ ਟਾਈਮ 11 ਵਜੇ, ਤਾਂ ਅਸੀਂ ਇੰਨੇ ਖਾ ਪੀ ਕੇ ਆਉਂਦੇ। ਹੋਸਟਲ ਵਧੀਆ ਯਾਰੇ, ਘੈਂਟ ਹੈ। ਦੇਖੋ ਤਾਰਾਂ ਦੇ ਜਾਲ ਦੇਖੋ ਵੀ ਕਿੰਨੇ ਜ਼ਿਆਦਾ ਆ। ਹੁਣ ਅਸੀਂ ਬ੍ਰੇਕਫਾਸਟ ਕਰਨ ਜਾ ਰਹੇ ਹਾਂ, ਉਰੇ ਕਾਫੀ ਇੰਡੀਅਨ ਰੈਸਟੋਰੈਂਟ ਹੈਗੇ ਆ। ਦੇਖੋ ਵੀ ਬੱਚੇ ਨੂੰ ਚਾੜੀ ਜਾ ਰਹੀ ਹੈ ਗੋਰੀ ਆਪਦੇ ਨੂੰ। ਰੋਟੀ ਤੋਂ ਪਹਿਲਾਂ ਮੈਂ ਥੋੜ੍ਹਾ ਜੂਸ ਪੀ ਲਈਏ, ਫਰੈਸ਼ ਬਣਾ ਰਿਹਾ ਭਾਈ ਸਾਹਿਬ ਉਰੇ। ਦੇਖੋ 70-80 ਰੁਪਈਆਂ ਦਾ ਜੂਸ ਹੈ ਵੀ, ਹਰ ਥਾਂ 'ਤੇ ਤੁਹਾਨੂੰ ਉਰੇ ਬੀਅਰ ਮਿਲ ਜੂਗੀ। ਈਵਨ ਫਰੂਟ ਵਾਲੀ ਉਹ ਜੂਸ ਵਾਲੀ ਰੇੜੀ 'ਤੇ ਵੀ ਬੀਅਰ ਪਈ ਹੈ। ਦੇਖੋ ਫਰੈਸ਼ ਅੰਬ ਪਏ ਆ। ਆਪਣੀ ਮੈਂਗੋ ਸਮੂਥੀ ਆ ਗਈ ਬਈ, ਮੈਂ ਬਰਫ਼ ਥੋੜ੍ਹੀ ਜਿਹੀ ਪਵਾਈ ਹੈ, ਬਾਹਲੀ ਘੈਂਟ ਬਣਾਈ ਹੈ। ਭਾਈ ਕਹਿੰਦਾ ਬਨਾਨਾ ਸ਼ੇਕ ਪੀਣਾ, ਕੇਲਿਆਂ ਨੂੰ ਮਿਕਸ ਗ੍ਰੈਂਡ ਕਰਕੇ ਦੇ ਦੇਣਾ ਇਹਨੂੰ, ਐਸੀ ਦੁੱਧ ਪਾਣਗੇ, ਦੁੱਧ ਨਹੀਂ ਪਾਣਗੇ। ਪੀ ਕੇ ਬਈ ਆਪਾਂ ਆ ਗਏ ਉਰੇ ਇੰਡੀਅਨ ਰੈਸਟੋਰੈਂਟ ਬਾਬਾ। ਉਰੇ ਬਹੁਤ ਜ਼ਿਆਦਾ ਇੰਡੀਅਨ ਰੈਸਟੋਰੈਂਟ ਨੇ, ਸਸਤੇ ਨੇ, ਅਤੇ ਪਹਿਲਾਂ ਹੋਰ 'ਤੇ ਗਏ ਸੀ, ਉਹ ਕਹਿੰਦਾ ਬਈ 11:30 ਵਜੇ ਖੁੱਲੂਗਾ। ਮੀਰਪੁਰ ਜੀ ਨਾਨ ਅਤੇ ਨਾਲ ਸੈਲਡ, ਸੈਲਡ ਜ਼ਰੂਰੀ ਹੈ, ਅਤੇ ਹਜੇ ਦਾਲ ਮੱਖਣੀ ਆ ਰਹੀ ਹੈ। ਦਾਲ ਮੱਖਣੀ ਔਡਰ ਕੀਤੀ ਸੀ ਯਾਰ, ਅਤੇ 2 ਚਪਾਤੀਆਂ। ਕੁਲਵਿੰਦਰ ਚਾੜਦਾ ਸਕੂਟਰੀ 'ਤੇ। ਫੂਡ ਯਾਰ ਐਵਰੇਜ ਸੀ, ਕੁਲਵਿੰਦਰ ਨੇ ਤਾਂ ਮਤਲਬ ਐਂ ਛੱਡਤਾ ਸੀ ਹੈ ਨਾ। ਨਾਨ ਵੀ ਥੋੜ੍ਹਾ ਜਿਹਾ ਖਾਇਆ ਸੀ, ਅਤੇ ਭੁਰਜੀ ਤਾਂ ਜਮ੍ਹਾਂ ਬਕਵਾਸ ਸੀ ਪਨੀਰ ਵਾਲੀ, ਅਤੇ ਜਿਹੜੀ ਦਾਲ ਮੱਖਣੀ ਸੀ ਉਹ ਸਹੀ ਸੀ, ਅਤੇ ਜਿਹੜੀ ਰੋਟੀ ਸੀ ਬਈ ਉਹ ਤਾਂ ਮੈਦਾ ਹੀ ਮਿਲਦਾ, ਹੋਰ ਕੁਛ ਨਹੀਂ। ਲਗਭਗ ਬਿੱਲ ਆਇਆ ਸਾਡਾ 1,51,000, ਅਤੇ ਕੀਮ ਹੈ ਨਾ ਲਗਭਗ 600 ਰੁਪਈਆ ਇੰਡੀਅਨ। ਕੁਛ ਐਵੇਂ ਦਾ ਵੀ ਲੋਸ ਹੋ ਰਿਹਾ, ਕਾਫੀ ਗੋਰੇ ਫਿਰਦੇ ਆ ਕਿਉਂਕਿ ਸਸਤਾ ਹੈ, ਅਤੇ ਕੁਲਵਿੰਦਰ ਉਹਦੇ ਚੜ੍ਹਦਾ ਕਿਉਂਕਿ ਉਹ ਠੀਕ ਨਹੀਂ। ਮੈਂ ਚੈੱਕ ਇਨ ਕਰ ਲੂੰਗਾ, ਇਹਨੇ ਉਹਨੂੰ ਦਵਾਈ ਦਵੂਈ ਦਵਾਊਂਗਾ। ਆਹ ਪੁਰਾਣਾ ਜਿਹਾ ਘਰ ਹੈ ਵੀ, 12 ਮੀਟਰ ਲੱਗੇ ਹੋਏ ਸਾਰੇ ਬਿਜਲੀ ਬਿਜਲੀ ਵਾਲੇ। ਸਾਫ਼ ਸਫਾਈ ਦੇਖੀ ਜਾਵੇ ਬਹੁਤ ਵਧੀਆ ਉਰੇ, ਦੇਖੋ ਕੋਈ ਵੀ ਕਚਰਾ ਨਹੀਂ ਰੋਡ 'ਤੇ। ਆ ਇਹਨਾਂ ਦੀ ਡਰੈਸ ਹੈ ਵੀ ਲੋਕਲ, ਲੋਸ ਦੀਆਂ ਜਿਹੜੀਆਂ ਕੁੜੀਆਂ ਨੇ
ਦੇਖੋ ਇਹ ਕੁਛ ਕਲਚਰਲ ਮਿਊਜ਼ੀਅਮ ਹੈ, ਹਾਲ ਹੈ, ਕਾਫੀ ਵੱਡਾ ਹੈ ਯਾਰ। ਇਹ ਵੀਡੀਓ ਇੱਥੇ ਤੱਕ ਸੀ, ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ, ਅਤੇ ਮੈਂ ਦਵਾਈ ਦਵੂਈ ਦਵਾ ਕੇ ਲਿਆਉਂਗਾ ਹੁਣ ਉਹਨੂੰ।